ਬਲਕਾਰ ਦੇ ਪਰਿਵਾਰ ਦੇ ਦੋਸਤੋ, ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀਓ, ਮੇਰੇ ਲਈ ਬੜੇ ਮਾਣ ਦੀ ਗੱਲ ਹੈ ਕਿ ਮੈਂ ਆਪਣੇ ਇੱਕ ਦੋਸਤ ਦੇ ਸੰਦਰਭ ਵਿੱਚ ਤੁਹਾਡੇ ਨਾਲ ਇੱਕ ਐਸੇ ਵਿਸ਼ੇ ਦੀ ਗੱਲ ਕਰਦਾ ਜਿਹੜਾ ਮੇਰੇ ਦਿਲ ਦੇ ਬਹੁਤ ਨੇੜੇ ਹੈ। ਬਲਕਾਰ ਨਾਲ ਮੇਰੀ ਦੋਸਤੀ ਯੂਨੀਵਰਸਿਟੀ ਵੇਲੇ ਦੀ ਵੀ ਸੀ ਅਤੇ ਉਸ ਤੋਂ ਬਾਅਦ ਪੜ੍ਹਨ ਲਿਖਣ ਦੀ ਸੀ, ਕਿਉਂਕਿ ਮੈਂ ਨੌਕਰੀ ਅੰਗਰੇਜ਼ੀ ਦੀ ਕਰਦਾ, ਅੰਗਰੇਜ਼ੀ 'ਚ ਰੋਟੀ ਖਾਂਦਾ, ਪਰ ਮੇਰਾ ਮੋਹ ਪੰਜਾਬੀ ਨਾਲ ਹੈ ਅਤੇ ਉਸ ਤੋਂ ਮੈਨੂੰ ਅਕਸਰ ਪੰਜਾਬੀ ਵਿੱਚ ਕਿਹੋ ਜਿਹਾ ਕੁਝ ਲਿਖਿਆ ਜਾ ਰਿਹਾ, ਕਿਹੜੀਆਂ ਦਿਸ਼ਾਵਾਂ ਨੇ, ਕਿਹੜੇ ਪੋਜ਼ੀਟਿਵਸ ਨੇ ਪੰਜਾਬੀ ਸਾਹਿਤ ਦੇ, ਅਤੇ ਖਾਸ ਕਰਕੇ ਫਿਕਸ਼ਨ ਦੇ, ਸ਼ੋਰਟ ਸਟੋਰੀ ਦੇ, ਉਹ ਅਕਸਰ ਉਹਦੇ ਨਾਲ ਮੈਨੂੰ ਗੱਲਬਾਤ ਕਰਕੇ ਪਤਾ ਲੱਗਦਾ ਰਹਿੰਦਾ ਸੀ। ਉਹ ਮੈਂ ਮਿਸ ਕਰਦਾ ਜਦੋਂ ਬਲਕਾਰ ਦਾ ਕ੍ਰੀਏਟ ਕੀਤਾ ਵੈਕਿਊਮ ਦੇਖਦਾ। ਪਰ ਬਲਕਾਰ ਬਾਰੇ ਬਹੁਤ ਗੱਲ ਹੋ ਗਈ, ਆਉਣਾ ਜਾਣਾ ਜ਼ਿੰਦਗੀ 'ਚ ਬਣਿਆ, ਕਿਸੇ ਨੇ ਇੱਥੇ ਬੈਠੇ ਨਹੀਂ ਰਹਿਣਾ। ਇੱਕ ਪੋਟੈਂਸ਼ੀਅਲ ਵਾਲਾ ਬੰਦਾ ਜਿਹਨੇ ਬਹੁਤ ਕੁਛ ਕਰਨਾ ਹੁੰਦਾ, ਜਦੋਂ ਉਹ ਚਲਿਆ ਜਾਂਦਾ ਤਾਂ ਦੁਖਦਾਈ ਲੱਗਦਾ। ਅਸੀਂ 60-60 ਵਰ੍ਹੇ ਕੱਟ ਲਏ, ਸਾਡਾ ਜਾਣਾ ਇੰਨਾ ਦੁਖਦਾਈ ਨਹੀਂ ਹੋਣਾ, ਕਿਉਂਕਿ ਅਸੀਂ ਜੋ ਕੰਟਰੀਬਿਊਟ ਕਰ ਸਕਦੇ ਹਾਂ ਉਹ ਕਰ ਲਿਆ। ਬਲਕਾਰ ਵਰਗੇ ਬੰਦੇ ਇੰਨੇ ਪੋਟੈਂਸ਼ੀਅਲ ਵਾਲੇ ਹੁੰਦੇ ਕਿ ਬਹੁਤ ਕੁਛ ਕਰ ਸਕਦੇ ਸੀ, ਇਹ ਜ਼ਰੂਰ ਦੁਖਦਾਈ ਹੈ। ਮੈਂ ਉਹਨੂੰ ਯਾਦ ਕਰਦਾ, ਉਹਦੀ ਮੁਹੱਬਤ ਨੂੰ, ਉਹਦੀ ਵਿਦਵਤਾ ਨੂੰ। ਮੈਂ ਜਿਹੜਾ ਵਿਸ਼ਾ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਲਈ ਚੁਣਿਆ ਉਹ ਪੋਸਟ ਕੋਲੋਨੈਲਿਟੀ 'ਤੇ ਹੈ, ਅਤੇ ਮੈਂ ਕਿਉਂਕਿ ਬਹੁਤ ਅੰਗਰੇਜ਼ੀ 'ਚ ਲਿਖਦਾ ਕਰਦਾ, ਇਸ ਕਰਕੇ ਮੈਨੂੰ ਕੁਛ ਟਰਮਸ ਨੇ ਜਿਹੜੀਆਂ, ਕੁਛ ਕਨਸੈਪਟਸ ਨੇ, ਉਹ ਅੰਗਰੇਜ਼ੀ 'ਚ ਹੀ ਵਰਤਣੇ ਪੈਣੇ, ਕਿਉਂਕਿ ਮੈਨੂੰ ਉਹਨਾਂ ਦੇ ਪੰਜਾਬੀ ਵਿੱਚ ਇਕੁਵਲੈਂਟ ਜਿਹੜੇ ਸਥਾਪਿਤ ਇਕੁਵਲੈਂਟਸ ਨਹੀਂ ਪਤਾ। ਅਤੇ ਮੈਨੂੰ ਲੱਗਦਾ ਕਿ ਤੁਸੀਂ ਇੰਨਾ ਬੇਅਰ ਕਰੋਗੇ, ਅਤੇ ਮੈਨੂੰ ਇਹ ਵੀ ਲੱਗਦਾ ਕਿ ਅਕਾਦਮਿਕ ਡਿਸਿਪਲਨ ਇੰਨੇ ਇੰਟੈਗਰੇਟ ਹੋਏ ਜਾਂਦੇ ਅੱਜ ਕੱਲ੍ਹ ਇੰਟਰਨੈਟ ਥਰੂ ਅਤੇ ਅਵੇਲੇਬਿਲਿਟੀ ਆਫ ਟੈਕਸ ਥਰੂ, ਕਿ ਜੇ ਯੂਨੀਫਾਰਮ ਟਰਮਸ ਆਪਾਂ ਵਰਤ ਲਈਏ, ਸਿੱਖ ਲਈਏ ਤਾਂ ਚੰਗਾ ਰਹੇਗਾ, ਕਿ ਅਸੀਂ ਦੂਸਰੀਆਂ ਜਿਹੜੀਆਂ ਭਾਸ਼ਾਵਾਂ ਵਿੱਚ ਕੰਮ ਹੋ ਰਿਹਾ, ਦੂਸਰੇ ਦੇਸ਼ਾਂ ਵਿੱਚ, ਦੂਸਰੇ ਖੇਤਰਾਂ ਵਿੱਚ, ਦੂਸਰੀਆਂ ਯੂਨੀਵਰਸਿਟੀਆਂ ਜਿਹੜਾ ਕੰਮ ਹੋ ਰਿਹਾ ਉਹ ਸਾਨੂੰ ਸਮਝਣ ਵਿੱਚ ਸੌਖ ਆਏਗੀ। ਕੋਈ ਨਾ ਕੋਈ ਕਨਸੈਪਟ ਲਈ ਕੋਈ ਨਾ ਕੋਈ ਨਾਂ ਤਾਂ ਰੱਖਣਾ ਹੀ ਪੈਂਦਾ ਕਿਸੇ ਹਰ ਲਈ, ਅਤੇ ਜੇ ਅਸੀਂ ਸ਼ੇਅਰਡ ਜਾਂ ਨਾਂ, ਜਿਵੇਂ ਅਸੀਂ ਮੋਬਾਈਲ ਨੂੰ ਮੋਬਾਈਲ ਹੀ ਐਕਸੈਪਟ ਕਰ ਲਿਆ, SMS ਨੂੰ SMS ਹੀ ਐਕਸੈਪਟ ਕਰ ਲਿਆ, ਜੇ ਅਸੀਂ ਪੋਸਟ ਕਲੋਨਲਿਜ਼ਮ ਨੂੰ ਪੋਸਟ ਕਲੋਨਲਿਜ਼ਮ ਹੀ ਰੱਖ ਲਈਏ ਤਾਂ ਕੋਈ ਬਹੁਤੀ ਔਖੀ ਗੱਲ ਨਹੀਂ ਹੋਣੀ। ਇਹ ਆਪਣੀ ਜਗ੍ਹਾ, ਮੇਰੀ ਜਿਹੜੀ ਗੱਲਬਾਤ ਹੈ ਅੱਜ ਉਹਦੇ 3 ਹਿੱਸੇ ਨੇ, ਮੈਂ 30 ਮਿੰਟ ਲਾਉਣੇ ਤੁਹਾਡੇ ਨਾਲ। ਪਹਿਲਾ ਹਿੱਸਾ ਕਿ ਕੀ ਪੋਸਟ ਕਲੋਨੀਅਲਿਟੀ ਸਹੀ ਟਾਈਟਲ ਹੈ, ਕੀ ਪੋਸਟ ਕਲੋਨੀਅਲਿਟੀ ਹੁੰਦੀ ਹੈ, ਕੀ ਹੈ ਪੋਸਟ ਕਲੋਨੀਅਲਿਟੀ। ਦੂਸਰੀ, ਜਿਹੜੇ ਲਿਟਰੇਚਰ ਵਿੱਚ ਜਿਹੜੇ ਪੋਸਟ ਕਲੋਨੀਅਲ ਥਿੰਕਰਸ ਨੇ ਉਹ ਕੌਣ ਲੋਕ ਨੇ, ਅਤੇ ਉਹ ਪੋਸਟ ਕਲੋਨੀਅਲ ਲਿਟਰੇਚਰ ਨੂੰ ਜਾਂ ਪੋਸਟ ਕਲੋਨੀਅਲਿਟੀ ਦੀ ਕੰਡੀਸ਼ਨ ਨੂੰ ਕਿਵੇਂ ਦੇਖਦੇ ਆ। ਅਤੇ ਤੀਸਰੇ ਹਿੱਸੇ ਵਿੱਚ ਮੈਂ ਕੁਝ ਟੈਕਸ, ਕੁਝ ਕਿਤਾਬਾਂ ਦਾ ਜ਼ਿਕਰ ਕਰਨਾ ਜਿਨ੍ਹਾਂ ਨੂੰ ਅਸੀਂ ਪੋਸਟ ਕਲੋਨੀਅਲ ਸਮਝ ਸਕਦੇ ਹਾਂ, ਅਤੇ ਮੈਂ ਇਹ ਦਰਸਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਕਿਵੇਂ ਬਹੁਤ ਵੱਖ ਵੱਖ ਕਿਸਮ ਦੀ ਪੋਲੀਟਿਕਸ, ਵੱਖ ਵੱਖ ਕਿਸਮ ਦੀ ਮਾਰਕੀਟ, ਵੱਖ ਵੱਖ ਕਿਸਮ ਦੀ ਰੀਡਰ ਦੀ ਓਰੀਐਂਟੇਸ਼ਨ ਹੋ ਸਕਦੀ, ਕਿ ਤੁਹਾਡਾ ਟਾਰਗੇਟ ਰੀਡਰ ਕਿਹੜਾ ਹੈ। ਇਹ ਬਹੁਤ ਡਾਇਵਰਸਿਟੀ, ਬਹੁਤ ਕਿਸਮ ਦੀ ਵਰਾਇਟੀ ਪਈ ਹੈ ਇਹਦੇ ਵਿੱਚ, ਕਿ ਇੱਕ ਟਰਮ ਪੋਸਟ ਕਲੋਨੀਅਲ ਲਿਟਰੇਚਰ ਕਹਿਣਾ ਜਾਂ ਪੋਸਟ ਕਲੋਨੀਅਲ ਕ੍ਰਿਟੀਸਿਜ਼ਮ ਕਹਿਣਾ ਜਾਂ ਪੋਸਟ ਕਲੋਨੀਅਲਿਟੀ ਕਹਿਣਾ ਬਹੁਤ ਵਾਰ ਉਚਿਤ ਨਹੀਂ ਲੱਗਦਾ। ਸੋ ਪਹਿਲੀ ਜਿਹੜਾ ਮੁੱਦਾ ਹੈਗਾ ਉਹ ਪੋਸਟ ਕਲੋਨੀਅਲਿਟੀ ਹੈ ਕੀ,
ਕਲੋਨਲਿਜ਼ਮ, ਜਿਵੇਂ ਸਾਨੂੰ ਪਤਾ ਹੈ ਕਿ ਬਹੁਤ ਸਿੰਪਲ ਗੱਲ ਹੈ ਕਿ ਕਿਸੇ ਦੇਸ਼ ਹੋਰ ਕਿਸੇ ਖੇਤਰ 'ਚ ਟੈਰੀਟਰੀ 'ਚ ਜਾ ਕੇ ਬਾਈ ਫੋਰਸ ਨੂੰ ਆਕੂਪਾਈ ਕਰਨ ਨੂੰ ਕਲੋਨਲਿਜ਼ਮ ਕਹਿੰਦੇ ਆ। ਅਤੇ ਇੱਕ ਇਨਡਾਇਰੈਕਟ ਕੰਟਰੋਲ ਦਾ ਸਾਧਨ ਵੀ ਹੁੰਦਾ ਜਿਹਨੂੰ ਇੰਪੀਰੀਅਲਿਜ਼ਮ ਕਹਿੰਦੇ ਆ, ਕਿ ਜਦੋਂ ਤੁਸੀਂ ਇੱਕ ਜਗ੍ਹਾ 'ਤੇ ਬੈਠ ਕੇ ਪੋਲੀਟੀਕਲੀ, ਇਕਨੋਮਿਕਲੀ, ਸੋਸ਼ਲੀ ਜਾਂ ਹੋਰ ਇੰਸਟੀਟਿਊਸ਼ਨ ਜਿਵੇਂ ਅੱਜ ਕੱਲ੍ਹ UN ਨੂੰ ਵਰਤ ਕੇ ਜਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਰਤ ਕੇ ਤੁਸੀਂ ਕਿਸੇ ਦੂਜੇ ਦੇਸ਼ਾਂ ਦੇ ਅਰਥਚਾਰੇ ਨੂੰ, ਉਹਨਾਂ ਦੀ ਡਾਇਰੈਕਸ਼ਨ ਆਫ ਪੋਲੀਟਿਕਸ ਨੂੰ ਕੰਟਰੋਲ ਕਰ ਸਕੋ, ਉਹ ਇੰਪੀਰੀਅਲਿਜ਼ਮ ਹੁੰਦਾ। ਕਲੋਨਲਿਜ਼ਮ ਇੱਕ ਜ਼ਮਾਨੇ 'ਚ ਸੈਕਿੰਡ ਵਰਲਡ ਵਾਰ ਤੋਂ ਬਾਅਦ ਬਹੁਤ ਸਾਰੇ ਦੇਸ਼ ਸੀਗੇ ਜਿਹੜੇ ਸੈਕਿੰਡ ਵਰਲਡ ਵਾਰ 'ਚ, ਜਿਹੜੀ ਯੂਰਪ ਦੀ ਡਿਵਾਸਟੇਸ਼ਨ ਹੋਈ, ਯੂਰਪ ਦੇ ਦੇਸ਼ ਕਮਜ਼ੋਰ ਹੋਏ ਜਿਹਦੇ ਕਰਕੇ, ਉਸ ਤੋਂ ਬਾਅਦ ਉਹਨਾਂ ਨੂੰ ਆਪਣੀਆਂ ਕੋਲੋਨੀਜ਼ ਮੇਨਟੇਨ ਕਰਨਾ ਸਸਟੇਨੇਬਲ ਨਹੀਂ ਰਿਹਾ, ਉਹਨਾਂ ਲਈ ਸੰਭਵ ਨਹੀਂ ਰਿਹਾ। ਅਤੇ ਇਸ ਕਰਕੇ 45 ਤੋਂ ਬਾਅਦ 60 ਤੱਕ ਬਹੁਤ ਸਾਰੇ ਦੇਸ਼ ਦੁਨੀਆ ਦੇ ਆਜ਼ਾਦ ਹੋ ਗਏ, ਜਿਹਦੇ ਵਿੱਚ ਬਹੁਤ ਵੱਡੇ ਦੇਸ਼, ਫਰਾਂਸ ਦੀ ਕੋਲਨੀ ਅਲਜੀਰੀਆ ਸੀ, ਅਸੀਂ ਹਿੰਦੁਸਤਾਨ ਸੀ, ਆਜ਼ਾਦ ਹੋਏ। ਉਹਨਾਂ ਦੀ ਆਜ਼ਾਦੀ ਲਈ ਕੁਛ ਬੰਦਿਆਂ ਨੇ, ਕੁਛ ਮੂਵਮੈਂਟਸ ਨੇ ਸਟਰਗਲਸ ਲੜੀਆਂ, ਅਫਰੀਕਾ ਵਿੱਚ, ਅਰਬ ਦੇਸ਼ਾਂ ਵਿੱਚ ਲੜੀਆਂ ਗਈਆਂ, ਹਿੰਦੁਸਤਾਨ ਵਿੱਚ ਖਾਸ ਕਰਕੇ ਇੰਡੀਅਨ ਨੈਸ਼ਨਲ ਕਾਂਗਰਸ ਥੱਲੇ ਅਤੇ ਹੋਰ ਬਹੁਤ ਸਾਰੇ ਮੂਵਮੈਂਟਸ ਥੱਲੇ, ਗਾਂਧੀ ਦੁਆਰਾ ਇੰਸਪਾਇਰਡ ਜਾਂ ਜਿਹਨੂੰ ਫੈਨੋ ਨੈਸ਼ਨਲਿਸਟ ਮੂਵਮੈਂਟਸ ਕਹਿੰਦਾ ਹੈ, ਉਹਨਾਂ ਨਾਲ ਐਂਟੀ ਕਲੋਨੀਅਲ ਸਟਰਗਲਸ ਹੋਈਆਂ, ਅਤੇ ਜਿਸ ਕਰਕੇ ਕਲੋਨਲਿਜ਼ਮ ਦੀ ਜਿਹੜਾ ਬਸਤੀਵਾਦ ਸੀ ਉਹ ਡੀਸਟੈਬਲਾਈਜ਼ ਹੋ ਗਿਆ। ਪਰ ਜਦੋਂ ਸਰਕਾਰਾਂ ਬਦਲੀਆਂ, ਉੱਥੇ ਨਵੇਂ ਸ਼ਾਸਨ ਆਏ, ਕੋਈ ਐਸਾ ਸਿਸਟਮ ਨਹੀਂ ਕਿਤੇ ਵੀ ਆਇਆ ਜਿਹੜਾ ਪੁਰਾਣੇ ਸਿਸਟਮ ਨੂੰ ਬ੍ਰੇਕ ਰੀਪ੍ਰਜ਼ੈਂਟ ਕਰਦਾ ਹੋਵੇ। ਉਹ ਸਬਸਟੀਟਿਊਸ਼ਨ ਦੇ ਰਿਲੇਸ਼ਨਸ਼ਿਪ ਸੀਗੇ, ਜਿਹੜੀਆਂ ਸਰਕਾਰਾਂ ਬਣੀਆਂ ਉਹ ਸਹਿਮਤੀ ਦੀਆਂ ਸਰਕਾਰਾਂ ਸੀਗੀਆਂ। ਬਹੁਤੀ ਵਾਰ ਜਿਹੜੀ ਟ੍ਰਾਂਸਫਰ ਆਫ ਪਾਵਰ ਸੀ ਉਹ ਬਹੁਤ ਪੀਸਫੁੱਲ ਸੀਗੀ, ਅਤੇ ਜਿਹੜੀਆਂ ਸਟਰਕਚਰ ਸੀਗੀਆਂ ਗਵਰਨੈਂਸ ਦੀਆਂ, ਐਡਮਿਨਿਸਟ੍ਰੇਟਿਵ ਸਟਰਕਚਰ ਸੀਗੀਆਂ, ਜੁਡੀਸ਼ਰੀ ਸੀ, ਮਿਲਟਰੀ ਸੀ, ਕਿਵੇਂ ਲੋਕ ਰੱਖਦੇ ਸੀ, ਮਿਲਟਰੀ ਵਿੱਚ ਕਿਹੜੇ ਜਨਰਲ ਸੀਗੇ, ਕਿਹੜੀ ਪੁਲਿਸ ਸਟਰਕਚਰ ਸੀਗੀ, ਬਹੁਤ ਕਾਂਸਟੀਟਿਊਸ਼ਨ ਕਿਹੜਾ ਸੀ, ਲਾਜ਼ ਕਿਹੜੇ ਸੀ, ਉਹ ਬਹੁਤੇ ਸਾਰੇ ਉਹੀ ਰਹਿ ਗਏ। ਹਿੰਦੁਸਤਾਨ ਵਿੱਚ ਜਿਹੜੀਆਂ ਸਾਰੀਆਂ ਬੇਸਿਕ ਸਟਰਕਚਰਸ ਨੇ ਉਹ ਕਲੋਨਲਿਜ਼ਮ ਦੀਆਂ ਹੀ ਕੰਟੀਨਿਊ ਕਰਦੀਆਂ। IAS ਵੀ ਉੱਦਾਂ ਹੀ ਹੈ, ਸੁਪਰੀਮ ਕੋਰਟ ਵੀ ਸਾਡੀ ਉੱਦਾਂ ਹੀ ਹੈ, ਆਰਮੀ ਦੀ ਸਟਰਕਚਰ ਵੀ ਉੱਦਾਂ ਹੀ ਹੈ, ਅਤੇ ਬਹੁਤ ਸਾਰੇ ਜਿਹੜੇ ਕਾਨੂੰਨ ਹੈ ਸਾਡੇ ਸਜ਼ਾਵਾਂ ਦੇਣ ਵਾਲੇ ਉਹ ਵੀ ਲਗਭਗ ਉੱਦਾਂ ਹੀ ਹੈ। ਸੋ ਇਸ ਕਰਕੇ ਜਿਹੜੀ ਟ੍ਰਾਂਸਫਰ ਹੋਈ ਉਹ ਫਰੈਂਡਲੀ ਟ੍ਰਾਂਸਫਰ ਸੀਗੀ। ਸੋ ਇਸ ਕਰਕੇ ਕੀ ਅਸੀਂ ਇਹੋ ਜਿਹੀ ਸਟਰਕਚਰ ਨੂੰ ਜਿੱਥੇ ਫਰੈਂਡਲੀ ਟ੍ਰਾਂਸਫਰ ਸਬਸਟੀਟਿਊਸ਼ਨ ਹੋਏ ਉਹਨੂੰ ਤੁਸੀਂ ਪੋਸਟ ਕਲੋਨੀਅਲ ਕਹੋਗੇ, ਪੋਸਟ ਇਨ ਦਾ ਸੈਂਸ ਆਫ ਨੈਕਸਟ ਮੂਵਮੈਂਟ ਇਨ ਹਿਸਟਰੀ, ਕਿ ਇਤਿਹਾਸ ਵਿੱਚ ਨਵੀਂ ਸਥਿਤੀ ਆ ਗਈ, ਕਿ ਐਂਟੀ ਕਲੋਨੀਅਲ ਸੈਂਸ ਵਿੱਚ ਦੇਖੋਗੇ ਕਿ ਉਹਨੇ ਬਸਤੀਵਾਦ ਦਾ ਖਾਤਮਾ ਕਰਕੇ ਇੱਕ ਨੈਸ਼ਨਲਿਸਟ ਕਿਸਮ ਦੀ ਮੂਵਮੈਂਟ ਬਣਾਈ। ਇੱਕ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਬਸਤੀਵਾਦ ਦੇ ਖਾਤਮੇ ਤੋਂ ਬਾਅਦ ਇੰਪੀਰੀਅਲਿਜ਼ਮ ਨਹੀਂ ਖਤਮ ਹੋਇਆ, ਇੰਪੀਰੀਅਲਿਜ਼ਮ ਉਸ ਤਰ੍ਹਾਂ ਕੰਟਰੋਲ ਸੀਗਾ ਜਿਹੜਾ ਉਹ ਜਾਰੀ ਰਿਹਾ ਥਰੂ ਇੰਸਟੀਟਿਊਸ਼ਨਸ, ਅਤੇ ਜਿਹੜਾ ਕਾਮਨਵੈਲਥ ਬਣੀ, ਜਿੱਦਾਂ ਰਾਸ਼ਟਰ ਸੰਘ ਜਿਹਨੂੰ ਕਹਿੰਦੇ ਆ, ਜਿਹਦੇ ਕਾਮਨਵੈਲਥ ਲਿਟਰੇਚਰ ਦਾ ਨਾਂ ਹੀ ਅੱਜ ਕੱਲ੍ਹ ਅਸੀਂ ਪੋਸਟ ਕਲੋਨੀਅਲ ਲਿਟਰੇਚਰ ਉਸੇ ਨੂੰ ਹੀ ਕਹਿੰਦੇ ਹਾਂ, ਕਾਮਨਵੈਲਥ ਲਿਟਰੇਚਰ ਨੂੰ ਹੀ ਕਹਿੰਦੇ ਹਾਂ ਮੋਸਟਲੀ। ਉਹ ਉਵੇਂ ਹੀ ਰਿਸ਼ਤੇ ਕੰਟੀਨਿਊ ਕਰਦੇ ਰਹੇ, ਇਹ ਭਾਵਾਂ ਜਪਾਨ ਦਾ USA ਨਾਲ ਸੰਬੰਧ ਹੋਵੇ ਜਾਂ ਹਿੰਦੁਸਤਾਨ ਦਾ, ਕੈਨੇਡਾ ਦਾ, ਇੰਗਲੈਂਡ ਨਾਲ ਸੰਬੰਧ ਹੋਵੇ, ਉਸ ਤਰ੍ਹਾਂ ਦਾ। ਸੋ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਇਤਿਹਾਸਿਕ ਪਿਛੋਕੜ ਤੋਂ ਵਰਡ ਜਿਹੜਾ ਹੈਗਾ ਪੋਸਟ ਕਲੋਨੀਅਲ, ਉਹਦੀ ਸਮੈਂਟਿਕਸ ਦੇ ਨਾਲ ਉਹਦੀ ਪੋਲੀਟਿਕਸ ਵੀ ਦੇਖਣੀ ਚਾਹੀਦੀ ਹੈ ਕਿ ਕੀ ਇਹ ਪੋਸਟ ਇਨ ਦਾ ਸੈਂਸ ਆਫ ਚੇਂਜ ਆਲਟਰੇਸ਼ਨ ਇਸ ਤਰ੍ਹਾਂ ਹੈਗਾ ਕਿ ਤਬਦੀਲੀ ਆ ਗਈ ਕਿ ਇੱਕ ਕੰਟੀਨਿਊਟੀ ਦੀ ਸੈਂਸ ਵਿੱਚ ਅਗਲੀ ਸਟੇਜ ਦੀ ਤੌਰ 'ਤੇ ਹੈ। ਸੋ ਮੈਨੂੰ ਇਹ ਲੱਗਦਾ ਕਿ
ਜੇ ਅਸੀਂ ਗਲੋਬਲਾਈਜੇਸ਼ਨ ਸ਼ਬਦ ਜਿਹੜੀ ਅੱਜ ਅਸੀਂ ਵਰਤਦੇ ਹਾਂ, ਜਿਹਨੂੰ ਸੰਸਾਰੀਕਰਨ ਕਹਿੰਦੇ ਹਾਂ ਜਾਂ ਉਹਨੂੰ ਲਿਬਰਲਿਜ਼ਮ ਕਹਿੰਦੇ ਹਾਂ, ਉਹ ਬੇਸਿਕਲੀ ਓਪਨਿੰਗ ਅਪ ਮਾਰਕੀਟਸ ਹੀ ਹੈ। ਤੁਸੀਂ ਤੁਹਾਡੇ ਜਿਹੜੇ ਕੋਈ ਤੁਸੀਂ ਮੰਨ ਲਓ ਮੈਂ ਜਾਂ ਕੋਈ ਵੀ ਹਿੰਦੁਸਤਾਨੀ ਬੰਦਾ ਕਿਸੇ ਵੀ ਡਿਵੈਲਪ ਦੇਸ਼ ਜਾਣਾ ਚਾਹੇ ਤਾਂ ਇਹ ਡਿਪੈਂਡ ਕਰਦਾ ਹੈ ਕਿ ਉਹ ਉਸਦੀ ਕੁਆਲੀਫਿਕੇਸ਼ਨ ਉਹਨਾਂ ਨੂੰ ਜਿਹੜੇ ਫੋਰਨ ਕੰਟਰੀ ਆ ਉਹ ਅਕਸੈਪਟ ਕਰਦੀ ਹੈ ਕਿ ਨਹੀਂ। ਤੁਸੀਂ ਸਾਇੰਟਿਸਟ ਹੋ, ਤੁਸੀਂ ਕੰਪਿਊਟਰ ਐਕਸਪਰਟ ਹੋ, ਤੁਸੀਂ ਡਾਕਟਰ ਹੋ ਤਾਂ ਤੁਸੀਂ ਜਾ ਸਕਦੇ ਹੋ, ਤੁਸੀਂ ਟਰੱਕ ਡਰਾਈਵਰ ਹੋ ਤਾਂ ਤੁਹਾਨੂੰ ਨਹੀਂ ਜਾਣ ਦੇਣਗੇ। ਪਰ ਯੂਰਪੀਅਨ ਹਜੇ ਵੀ ਕੋਈ ਵੀ ਆ ਸਕਦਾ, ਇੱਧਰ ਸੌਖਾ ਹੀ ਆ ਸਕਦਾ, ਉਹਨਾਂ ਦੇ ਪੈਸੇ ਵੀ ਆ ਸਕਦੇ ਆ ਅਤੇ ਪੈਸੇ ਉਹ ਆਉਂਦੇ ਹੈਗੇ ਮਾਰਕੀਟਸ ਲਈ। ਕਲੋਨਲਿਜ਼ਮ ਵੀ ਮਾਰਕੀਟਸ ਲਈ ਸੀਗਾ, ਕੱਚੇ ਮਾਲ ਖਰੀਦਣ ਲਈ ਅਤੇ ਬਣਿਆ ਮਾਲ ਵੇਚਣ ਲਈ, ਅਤੇ ਜਿਹੜਾ ਗਲੋਬਲਾਈਜੇਸ਼ਨ ਇਹ ਵੀ ਇਸੇ ਲਈ ਹੈ। ਸੋ ਇਸ ਕਰਕੇ ਇਹ ਸੋਚਣਾ ਕਿ ਇੰਪੀਰੀਅਲਿਜ਼ਮ ਖਤਮ ਹੋ ਗਿਆ ਤਾਂ ਥੋੜ੍ਹਾ ਮੈਨੂੰ ਲੱਗਦਾ ਗਲਤ ਹੋਏਗਾ। ਇਹਦੀ ਇੱਕ ਫੋਰਮ ਚੇਂਜ ਹੋਈ ਹੈ ਜਿਹਦੇ ਵਿੱਚ ਲਿਬਰਲਿਜ਼ਮ ਜਾਂ ਗਲੋਬਲਾਈਜੇਸ਼ਨ ਕਹਿ ਲਓ ਤੁਸੀਂ, ਇੱਕ ਹੋਰ ਕਿਸਮ ਦਾ ਅੱਜ ਕੱਲ੍ਹ ਵੱਧ ਇਨਕਲੂਸਿਵ ਇੱਕ ਜੀਓ ਪੋਲੀਟੀਕਲ ਸਿਚੁਏਸ਼ਨ ਬਣੀ ਹੈ ਜਿਹਦੇ 'ਚ ਇੱਕ ਸਾਂਝਾ ਅਰਥਚਾਰਾ ਹੈ। ਉਸ ਅਰਥਚਾਰੇ ਵਿੱਚ ਕੁਛ ਖੇਤਰਾਂ ਵਿੱਚ ਕੰਟਰੋਲ ਹੈ ਅਤੇ ਜਿਹੜੀਆਂ ਪਹਿਲੀਆਂ ਕਾਲੋਨੀ ਸੀਗੀਆਂ ਉਹ ਹਜੇ ਵੀ ਮਾਰਕੀਟਸ ਉਵੇਂ ਮਾਰਜਨਸ ਹੀ ਆ, ਉਹ ਇੱਕ ਹਿੱਸਾ ਹੈ। ਦੂਸਰਾ ਹਿੱਸਾ ਮੈਨੂੰ ਇਹ ਲੱਗਦਾ ਕਿ ਪਹਿਲਾਂ ਨਾ ਨੇਸ਼ਨ ਸਟੇਟ ਸੀ ਜਿਹੜੀ ਐਂਟੀ ਕਲੋਨੀਅਲ ਸਟਰਗਲ ਵੇਲੇ ਬੜੀ ਇੰਪੋਰਟੈਂਟ ਕੈਟੇਗਰੀ ਹੁੰਦੀ ਸੀਗੀ ਕਿ ਕੋਈ ਵੀ ਦੇਸ਼ ਉਹਦੀ ਆਪਦੀ ਜੀਓਗ੍ਰਾਫਿਕਲ ਬਾਉਂਡਰੀ ਸੀਗੀ ਜਿਹੜੀ ਉਹਦੇ ਵਿੱਚ ਉਹ ਨੈਸ਼ਨਲਾਈਜ਼ ਕਰ ਲੈਂਦਾ ਸੀ ਆਪਣੇ ਆਪ ਨੂੰ। ਹਿੰਦੁਸਤਾਨ ਵਿੱਚ ਜਿਹੜੀ ਨੈਸ਼ਨਲ ਮੂਵਮੈਂਟ ਸੀਗੀ ਉਹਨੇ ਧਰਮ ਦੇ, ਜਾਤ ਦੇ, ਖੇਤਰ ਦੇ, ਭਾਸ਼ਾ ਦੇ ਬਹੁਤ ਸਾਰੀਆਂ ਵੰਡੀਆਂ ਨੂੰ ਦੂਰ ਕਰਕੇ ਇੱਕ ਇੰਟੈਗਰੇਟਿਡ ਨੈਸ਼ਨਲ ਆਇਡੈਂਟੀ ਇਮਰਜ ਕਰਨ ਵਿੱਚ ਮਦਦ ਕੀਤੀ ਸੀਗੀ। ਤੁਸੀਂ ਭਾਰਤੀ ਦੇ ਤੌਰ 'ਤੇ ਸੋਚਣ ਲੱਗ ਗਏ ਸੀਗੇ ਬਹੁਤ ਸਾਰੇ ਲੋਕ, ਅਤੇ ਜਿਹੜੀਆਂ ਪਹਿਲਾਂ ਵੰਡੀਆਂ ਹੁੰਦੀਆਂ ਸੀ ਜਾਤ, ਧਰਮ ਜਾਂ ਖੇਤਰ ਜਾਂ ਭਾਸ਼ਾ ਦੇ ਆਧਾਰ 'ਤੇ, ਉਹ ਖਤਮ ਹੋ ਕੇ ਇੱਕ ਟਾਰਗੇਟ ਸੀਗਾ, ਇੱਕ ਏਮ ਸੀਗਾ ਕਿ ਕੁਇਟ ਇੰਡੀਆ ਹੋਵੇ ਜਾਂ ਤੁਸੀਂ ਪੂਰਨ ਆਜ਼ਾਦੀ ਹੋਵੇ, ਉਸ ਕਿਸਮ ਦਾ ਮੂਵਮੈਂਟ ਹੋਣ ਲੱਗ ਗਈ ਸੀਗੀ। ਹੁਣ 21ਵੀਂ ਸਦੀ ਵਿੱਚ ਜੋ ਹੋ ਰਿਹਾ ਗਲੋਬਲਾਈਜੇਸ਼ਨ ਥੱਲੇ, ਉਹਦੇ ਵਿੱਚ ਨੇਸ਼ਨ ਸਟੇਟ ਬੜੀ ਟਾਰਗੇਟ ਹੋ ਰਹੀ ਹੈ। ਗਲੋਬਲਾਈਜੇਸ਼ਨ ਵਿੱਚ ਮਲਟੀਨੈਸ਼ਨਲ ਕਾਰਪੋਰੇਸ਼ਨਸ ਆ ਜਿਹੜੀਆਂ, ਉਹ ਜਿਹੜੀਆਂ ਡਿਵੈਲਪਡ ਸਟੇਟਸ ਨੇ ਉਹਨਾਂ ਦੀਆਂ ਵੀ ਜਿਹੜੀਆਂ ਨੈਸ਼ਨਲ ਇੰਟਰਸਟ ਆ ਉਹਨਾਂ ਨੂੰ ਵੀ ਕੰਪਰੋਮਾਈਜ਼ ਕਰਨ ਦੀਆਂ, ਉਹਨਾਂ ਨੂੰ ਵੀ ਉਹ ਸਬੋਰਡਾਈਜ਼ ਕਰਨ ਦੀ ਸਮਰੱਥਾ ਰੱਖਦੀਆਂ ਨੇ। ਅਤੇ ਜਿਹੜੇ ਛੋਟੇ ਦੇਸ਼ ਨੇ, ਕਮਜ਼ੋਰ ਦੇਸ਼ ਨੇ ਆਰਥਿਕ ਤੌਰ 'ਤੇ, ਅੰਡਰ ਡਿਵੈਲਪਡ ਅਨਡਿਵੈਲਪਡ ਦੇਸ਼ ਆ, ਉਹਨਾਂ ਲਈ ਬਹੁਤ ਵੱਡੀ ਸਮੱਸਿਆ। ਤੁਸੀਂ ਯੂ ਕੈਨੋਟ ਸਟੇ ਆਊਟ ਆਫ ਦੈਟ ਇਕਨੋਮਿਕ ਸਟਰਕਚਰ। ਸੋ ਇਹੋ ਜਿਹੀ ਜੇ ਸੰਦਰਭ ਹੋਵੇ ਜਿੱਥੇ ਅਰਥਚਾਰਾ ਅਤੇ ਰਾਜਨੀਤਿਕ ਜਿਹੜੇ ਬੰਧਨ ਨੇ ਦੁਨੀਆ ਵਿੱਚ ਉਹ ਇੰਨੇ ਸਟਰੋਂਗ ਹੋਣ ਕਿ ਕੋਈ ਵਿਅਕਤੀ ਉਹਦੇ ਵਿੱਚੋਂ ਨਿਕਲ ਨਾ ਸਕਦਾ ਹੋਵੇ, ਕੋਈ ਦੇਸ਼ ਉਹਦੇ ਵਿੱਚੋਂ ਨਿਕਲ ਨਾ ਸਕਦਾ ਹੋਵੇ, ਤਾਂ ਫਿਰ ਉਹਨੂੰ ਪੋਸਟ ਕਲੋਨੀਅਲ ਕਹਿਣਾ ਉਚਿਤ ਹੈ ਕਿ ਨਹੀਂ ਕਹਿਣਾ ਉਚਿਤ, ਕਿ ਉਹਨੂੰ ਨਿਊ ਇੰਪੀਰੀਅਲ ਕਹਿਣਾ ਚਾਹੀਦਾ ਹੈ? ਮਤਲਬ ਚੰਗਾ ਨਿਊਟਰਲ ਜਿਹਾ ਸ਼ਬਦ ਤੁਸੀਂ ਗਲੋਬਲਾਈਜੇਸ਼ਨ ਕਹਿ ਸਕਦੇ ਹੋ, ਜਿਵੇਂ ਲਿਬਰਲਿਜ਼ਮ ਤੁਸੀਂ ਕਹਿੰਦੇ ਹੋ ਆਪਾਂ ਜਿਹੜੀਆਂ ਸਾਡੀਆਂ ਪੋਲਿਸੀਜ਼ ਅਸੀਂ ਲਿਬਰਲਾਈਜ਼ ਕਰ ਰਹੇ ਹਾਂ ਜਾਂ ਅਸੀਂ ਕਹਿੰਦੇ ਹੋ ਕਿ ਅਸੀਂ ਨੀਤੀਆਂ ਆਪਦੀਆਂ ਇਸ ਤਰ੍ਹਾਂ ਬਦਲ ਰਹੇ ਹਾਂ ਕਿ ਉਹ ਮਾਡਰਨਾਈਜ਼ ਹੋ ਰਹੀਆਂ ਨੇ, ਉਹ ਦਿਸ਼ਾ ਉਹਨਾਂ ਦੀ ਕਿਹੜੀ ਹੈ? ਕਿ ਉਹ ਲੇਬਰ ਫਰੈਂਡਲੀ ਹੋ ਰਹੀਆਂ ਨੇ, ਕਿ ਉਹ ਕੈਪੀਟਲ ਫਰੈਂਡਲੀ ਹੋ ਰਹੀਆਂ ਨੇ, ਕਿ ਉਹ ਮਲਟੀਨੈਸ਼ਨਲ ਫਰੈਂਡਲੀ ਹੋ ਰਹੀਆਂ ਨੇ? ਇਹ ਮੁੱਦੇ ਹੁੰਦੇ ਨੇ। ਉਹ ਮੈਨੂੰ ਲੱਗਦਾ ਕਿ ਉਹ ਮੁੱਦੇ ਇੱਕ ਹੋਰ ਲੈਵਲ 'ਤੇ ਕੰਟਰੋਲ ਨੈਸ਼ਨਲ ਇੰਟਰਸਟ ਤੋਂ ਜਾਂ ਲੋਕਲ ਇੰਟਰਸਟ ਤੋਂ ਜਾਂ ਜਿਹੜੀਆਂ ਮਾਰਜਨਲਾਈਜ਼ ਕਮਿਊਨਿਟੀਜ਼ ਹੈ ਉਹਨਾਂ ਦੇ ਇੰਟਰਸਟ ਤੋਂ ਬਾਹਰ ਇਹ ਇੰਟਰਸਟ ਅੱਜ ਵੀ ਇੰਟਰਨੈਸ਼ਨਲ ਫੋਰਸਿਸ, ਇੰਟਰਨੈਸ਼ਨਲ ਏਜੰਸੀਜ਼, ਜਿਹੜੇ ਅਮੀਰ ਮਲਟੀਨੈਸ਼ਨਲ ਕਾਰਪੋਰੇਸ਼ਨਸ ਨੇ ਉਹਨਾਂ ਕੋਲ ਹੈਗੀਆਂ। ਅੱਜ ਕੱਲ੍ਹ ਓਪੀਨੀਅਨ ਮੇਕਿੰਗ ਦਾ ਬੜਾ ਇੰਪੋਰਟੈਂਟ ਰੋਲ ਹੋ ਗਿਆ। ਚੌਮਸਕੀ ਆਪਣੀ ਉਹ ਕਿਤਾਬ ਮੈਨੂਫੈਕਚਰਿੰਗ ਕੰਸੈਂਟ ਵਿੱਚ ਲਿਖਦਾ ਕਿ
ਅੱਠ ਕੁ ਦੁਨੀਆਂ 'ਚ ਇਹੋ ਜਿਹੀਆਂ ਕਾਰਪੋਰੇਸ਼ਨਸ ਆ ਜਿਹੜੀਆਂ ਲਗਭਗ ਸਾਰਾ ਮੀਡੀਆ ਕੰਟਰੋਲ ਕਰਦੀਆਂ, ਅਤੇ ਉਹ ਕਿਤਾਬ 1988 ਦੀ ਹੈ, ਪਿਛਲੇ 20-22 ਵਰ੍ਹਿਆਂ 'ਚ ਉਦੋਂ ਵੀ ਵੱਧ ਜਿਹੜੀ ਇੰਟੈਗਰੇਸ਼ਨ ਹੈ ਮੀਡੀਏ ਦੀ ਹੋਈ ਹੈ, ਅਤੇ ਸਾਰਾ ਮੀਡੀਆ ਇੱਕੋ ਕਿਸਮ ਨਾਲ ਇੱਕੋ ਪਾਸੇ ਚੱਲ ਕੇ ਇੱਕੋ ਜਿਹੀਆਂ ਗੱਲਾਂ ਕਰ ਲੈਂਦਾ। ਤੁਸੀਂ ਸਬਸਿਡੀਜ਼ ਖਤਮ ਕਰਨ ਦੀ ਗੱਲ ਤਾਂ ਕਰੋਗੇ, ਇਨਸੈਂਟਿਵਸ ਜਿਹੜੇ ਇੰਡਸਟਰੀ ਨੂੰ ਮਿਲਦੇ ਆ ਉਹਨਾਂ ਦੀ ਗੱਲ ਨਹੀਂ ਕਰੋਗੇ, ਜਿਹੜੇ ਇੰਡੀਵਿਜੁਅਲ ਡੈਟਸ ਨੇ ਉਹਨਾਂ ਦੀ ਗੱਲ ਤਾਂ ਕਰੋਗੇ, ਜਿਹੜੇ ਇੰਡਸਟਰੀਅਲ ਬੈਡ ਡੈਟਸ ਨੇ ਉਹਨਾਂ ਦੀ ਤੁਸੀਂ ਗੱਲ ਨਹੀਂ ਕਰੋਗੇ। ਤੁਸੀਂ ਇੱਕ ਕੋਈ ਕਿਸਾਨ 10,000 ਰੁਪਇਆ ਲੈ ਕੇ ਨਹੀਂ ਦੇ ਸਕਦਾ, ਉਹਦੀ ਤਾਂ ਕੁਰਕੀ ਦੀ ਸੁਈਸਾਈਡ ਦੀ ਗੱਲ ਵੀ ਕਰੋਗੇ, ਅਤੇ ਮਾਲੀਆ ਕਰੋੜਾਂ ਰੁਪਇਆ ਲੈ ਕੇ ਉਹ ਚੁੱਪ ਕਰਦੇ, ਅਤੇ ਉਹਦੇ ਬਾਰੇ ਤੁਸੀਂ ਇਹ ਵੀ ਕਿ ਉਹਨੂੰ ਬੈਡ ਡੈਟ ਕਹਿਣ 'ਤੇ ਵੀ ਇਤਰਾਜ਼ ਲੱਗੇਗਾ। ਸੋ ਇਹੋ ਜਿਹੀਆਂ ਸਟਰਕਚਰ ਜਿੱਥੇ ਹੋਣ ਉਹਨੂੰ ਅਸੀਂ ਇੰਪੀਰੀਅਲਿਜ਼ਮ ਨੂੰ ਜਾਂ ਗਲੋਬਲਾਈਜੇਸ਼ਨ ਨਾਲੋਂ ਜਾਂ ਨਿਊ ਇੰਪੀਰੀਅਲ ਸਟਰਕਚਰ ਨੂੰ ਜੋੜ ਤੋੜ ਕੇ ਨਹੀਂ ਦੇਖ ਸਕਦੇ। ਇਹ ਮੈਨੂੰ ਔਖਾ ਲੱਗਦਾ ਜਦੋਂ ਅਸੀਂ ਪੋਸਟ ਕਲੋਨੀਅਲ ਨੂੰ ਪੋਲੀਟੀਕਲੀ ਜਾਂ ਇਕਨੋਮਿਕਲੀ ਨਿਊਟਰਲ ਟਰਮ ਦੇ ਤੌਰ 'ਤੇ ਦੇਖਦੇ ਹਾਂ। ਦੂਸਰੀ ਗੱਲ ਇਹ ਹੈ ਕਿ ਜਿਹੜੇ ਪੋਸਟ ਕਲੋਨੀਅਲ ਥਿੰਕਰਸ ਨੇ ਸਾਰੇ, ਜਿਨ੍ਹਾਂ ਨੂੰ ਕੋਈ ਭਾਬਾ ਹੋਵੇ, ਕੋਈ ਗਾਇਤਰੀ ਸਪੀਵੈਕ ਹੋਵੇ, ਕੋਈ ਐਡਵਰਡ ਸਾਈਦ ਹੋਵੇ, ਉਹ ਸਾਰੇ ਦੇ ਸਾਰੇ ਉਹ ਬੰਦੇ ਨੇ ਜਿਹੜੇ ਯੂਰਪੀਅਨ ਅਕੈਡਮੀ 'ਚ ਅਸਟੈਬਲਿਸ਼ਡ ਨੇ, ਅਤੇ ਉਹ ਉੱਥੇ ਹੀ ਆਪਦੀ ਰੋਟੀ ਰੋਜ਼ੀ ਕਮਾਉਂਦੇ ਨੇ, ਅਤੇ ਉਹਨਾਂ ਦਾ ਆਡੀਅੰਸ ਵੀ ਉਹੀ ਹੈ, ਉਹਨਾਂ ਲਈ ਲਿਖਦੇ ਆ, ਅਤੇ ਉਹਨਾਂ ਲਈ ਇੱਕ ਲੈਵਲ 'ਤੇ ਉਹ ਇਨਫੋਰਮਰ ਨੇ ਥਰਡ ਵਰਲਡ ਦੇ, ਇਫ ਆਈ ਕੈਨ ਯੂਜ਼ ਦੈਟ ਕੈਟਾਗਰੀ, ਥਰਡ ਵਰਲਡ ਜਿਹਨੂੰ ਆਪਾਂ ਤੀਜੀ ਦੁਨੀਆ ਕਹਿੰਦੇ ਹਾਂ, ਇਹਨਾਂ ਬਾਰੇ ਉਹ ਇਨਫੋਰਮਰ ਨੇ ਉਹਨਾਂ ਦੇ। ਉਹਨਾਂ ਇਹ ਸਾਡਾ ਜੋ ਕੁਛ ਡਾਟਾ ਹੈਗਾ ਜਾਂ ਇਨਫੋਰਮੇਸ਼ਨ ਹੈ ਉਹ ਐਕਸਪੀਰੀਅੰਸ ਨੂੰ ਉਹ ਉੱਥੇ ਰੀਪ੍ਰਜੈਂਟ ਕਰਦੇ ਨੇ ਅਤੇ ਆਪਣੀ ਸਪੇਸ ਬਣਾਉਂਦੇ, ਕਿਉਂਕਿ ਅਕੈਡਮੀ ਵਿੱਚ ਸਪੇਸ ਬਣਾਉਣੀ ਬੜੀ ਜ਼ਰੂਰੀ ਹੁੰਦੀ ਹੈ, ਜਿਵੇਂ ਫੈਮਿਨਿਸਟਾਂ ਨੂੰ ਜਾਂ ਬਲੈਕ ਕ੍ਰਿਟਿਕਸ ਨੂੰ ਜਾਂ ਅੱਜ ਕੱਲ੍ਹ ਗੇਜ਼ ਅਤੇ ਲੈਸਬੀਅਨਸ ਨੂੰ ਸਪੇਸ ਬਣਾਉਣ ਲਈ ਸਟਰਗਲ ਕਰਨੀ ਪੈਂਦੀ ਹੈ। ਇੱਦਾਂ ਜਿਹੜੇ ਮਾਈਗ੍ਰੈਂਟ ਥਰਡ ਵਰਲਡ ਦੇ ਮਾਈਗ੍ਰੈਂਟ ਇੰਟਲੈਕਚੁਅਲ ਸੀਗੇ, ਭਾਬਾ ਵਰਗੇ, ਸਾਹਿਦ ਵਰਗੇ, ਗਾਇਤਰੀ ਸਪੀਵਕ ਵਰਗੇ, ਉਹਨਾਂ ਨੂੰ ਸਪੇਸ ਬਣਾਉਣ ਲਈ ਉੱਥੇ ਕੁਛ ਨਾ ਕੁਛ ਆਲਟਰਨੇਟਿਵ ਪ੍ਰੋਜੈਕਟ ਕਰਨਾ ਪੈਂਦਾ, ਅਤੇ ਉਹਨਾਂ ਨੇ ਆਲਟਰਨੇਟਿਵ ਆਪਦਾ ਜਿਹੜੀ ਸੀ ਲੋਕੇਸ਼ਨ ਪ੍ਰਜੈਂਟ ਕੀਤੀ ਸੀ। ਉਹ ਵਾਲੇ ਬੰਦੇ ਨੇ, ਉਹ ਬੰਦੇ ਨੈਚੁਰਲੀ ਤੁਸੀਂ ਮੈਂ ਨਹੀਂ ਹੈਗੇ, ਅਸੀਂ ਲੋਕ ਇੱਕ ਲੈਵਲ 'ਤੇ, ਜੇ ਅਸੀਂ ਹਿੰਦੁਸਤਾਨ ਨੂੰ ਪੋਸਟ ਕਲੋਨੀਅਲ ਸੋਸਾਇਟੀ ਗਿਣ ਲਈ, ਅਸੀਂ ਪੋਸਟ ਕਲੋਨੀਅਲ, ਅਸੀਂ ਬਹੁਤ ਸਾਰੇ ਸਾਡੇ 'ਚੋਂ ਲਿਖਦੇ ਕਰਦੇ ਵੀ ਹਾਂ, ਅਸੀਂ ਬੋਲਦੇ ਵੀ ਹਾਂ, ਅਤੇ ਸਾਡੀ ਜਿਹੜੀ ਗੱਲਬਾਤ ਹੁੰਦੀ ਹੈ ਉਹ ਪੰਜਾਬ ਦੇ, ਹਿੰਦੁਸਤਾਨ ਦੇ ਆਰਥਿਕ ਸੰਦਰਭਾਂ ਵਿੱਚ ਰੈਲੇਵੈਂਟ ਵੀ ਵੱਧ ਹੁੰਦੀ ਹੈ। ਪਰ ਅਸੀਂ ਉਸ ਤਰ੍ਹਾਂ ਉਸ ਅਕੈਡਮੀ 'ਚ ਸਾਨੂੰ ਸਪੇਸ ਨਹੀਂ ਮਿਲਦੀ, ਕਿਉਂਕਿ ਸਾਇਲੈਂਸਿੰਗ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ, ਬੜੀ ਇੰਪੋਰਟੈਂਟ ਡਿਵਾਈਸ ਹੈਗੀ ਹੈ ਅੱਜ ਦੀ ਜਿਹੜੀ ਪੋਸਟ ਕਲੋਨੀਅਲ ਰਾਈਟਿੰਗ ਹੈ, ਥੀਰੀ ਹੈ, ਕਿ ਉਹੀ ਬੰਦੇ ਪ੍ਰੋਮੀਨੈਂਸ ਜਾਣਗੇ, ਉਹੀ ਬੰਦੇ ਲਿਖੇ ਜਾਣਗੇ, ਉਹਨਾਂ ਬੰਦਿਆਂ ਦੀ ਗੱਲ ਹੋਏਗੀ ਜਿਹੜੇ ਇੱਕ ਖਾਸ ਕਿਸਮ ਦੀ ਪੋਲੀਟੀਕਲ ਓਰੀਐਂਟੇਸ਼ਨ ਰੀਪ੍ਰਜੈਂਟ ਕਰਦੇ। ਕਿਹੋ ਜਿਹੀ ਪੋਲੀਟੀਕਲ ਓਰੀਐਂਟੇਸ਼ਨ ਰੀਪ੍ਰਜੈਂਟ ਕਰਦੇ? ਉਹ ਕਲਚਰ ਦੀ ਗੱਲ ਕਰ ਲੈਣਗੇ, ਉਹ ਆਇਡੈਂਟੀ ਪੋਲੀਟਿਕਸ ਦੀ ਗੱਲ ਕਰ ਲੈਣਗੇ, ਪਰ ਉਹ ਇਕਨੋਮਿਕਸ ਅਤੇ ਪੋਲੀਟਿਕਸ ਦੀ ਗੱਲ ਨਹੀਂ ਕਰਨਗੇ। ਕਲਚਰਲ ਇੰਪੀਰੀਅਲਿਜ਼ਮ ਵਿੱਚ ਕਲਚਰ ਅਤੇ ਮੀਡੀਆ ਜਾਂ ਯੂਨੀਵਰਸਿਟੀ, ਸਾਹਿਤ ਦੀ ਕਿਤਾਬ ਹੈ ਯੂਨੀਵਰਸਿਟੀ ਜਾਂ ਹਿਸਟਰੀ ਜਾਂ ਲਿਟਰੇਚਰ ਕਿੱਦਾਂ ਡੋਮੀਨੈਂਸ ਅਸਟੈਬਲਿਸ਼ ਕਰਦਾ ਵੈਸਟ ਦੀ ਈਸਟ 'ਤੇ, ਇਹ ਸਾਹਿਤ ਗੱਲ ਕਰੂਗਾ। ਮਾਈਗ੍ਰੇਸ਼ਨ ਉਹਦੇ 'ਚ ਕੀ ਰੋਲ ਅਦਾ ਕਰਦੇ ਇਹ ਗੱਲ ਕਰੇਗਾ, ਪਰ ਇਹ ਨਹੀਂ ਗੱਲ ਕਰੇਗਾ ਕਿ ਇਸ ਦਾ ਇਕਨੋਮਿਕ ਆਰਥਿਕ ਆਧਾਰ ਕੀ ਹੈ, ਇਸ ਦਾ ਪੋਲੀਟੀਕਲ ਆਧਾਰ ਕੀ ਹੈ, ਪੋਲੀਟੀਕਲ ਇੰਪਲੀਕੇਸ਼ਨਸ ਕੀ ਨੇ। ਇੱਦਾਂ ਹੀ ਓਰੀਐਂਟਲਿਜ਼ਮ ਵਿੱਚ ਵੀ ਉਹ ਇਹੀ ਆਰਗੂਮੈਂਟ ਦੀ ਹੋਏਗੀ ਕਿ ਕਿਸ ਤਰ੍ਹਾਂ ਨਾਲ ਵੈਸਟ ਹੈ ਜਿਹੜਾ ਉਹ ਸਾਡੀਆਂ ਜਿਹੜੀਆਂ ਕਲਚਰਲ ਆਇਡੈਂਟੀਜ਼ ਹੈ, ਜਿਹੜੀਆਂ ਸਾਡੀਆਂ ਨੇਟਿਵ ਆਇਡੈਂਟੀਜ਼ ਹੈ, ਸਾਡਾ ਸਾਹਿਤ ਹੈ,
ਉਹਨੂੰ ਕਿਸ ਤਰ੍ਹਾਂ ਉਹ ਡੀਗ੍ਰੇਡ ਕਰਕੇ ਪੇਸ਼ ਕਰਦਾ ਵੈਸਟ, ਪਰ ਉਹ ਕਰਨ ਦੀ ਸਮਰੱਥਾ ਉਹਨੂੰ ਕਿੱਥੋਂ ਮਿਲਦੀ ਹੈ, ਕਿਸ ਤਰ੍ਹਾਂ ਉਹ ਇਸ ਪੁਜੀਸ਼ਨ ਵਿੱਚ ਆਉਂਦਾ ਹੈ, ਵੈਸਟ ਵੈਸਟਰਨ ਅਕੈਡਮੀ ਇਸ ਸਥਿਤੀ ਵਿੱਚ ਆਉਂਦੀ ਹੈ ਕਿ ਉਹ ਕਰ ਸਕੇ, ਇਹ ਗੱਲ ਨਹੀਂ ਕਰਦੇ। ਹੋਮੀ ਭਾਬਾ ਐਂਬੀਗੁਇਟੀ ਦੀ, ਐਂਬੀਵੈਲੈਂਸ ਦੀ ਗੱਲ ਕਰੇਗਾ, ਹਾਈਬ੍ਰਿਡਿਟੀ ਦੀ ਗੱਲ ਕਰੇਗਾ। ਹਾਈਬ੍ਰਿਡਿਟੀ ਐਂਬੀਵੈਲੈਂਸ ਉਹਨਾਂ ਬੰਦਿਆਂ ਦੀ ਹੈ ਜਿਹੜੇ ਦੋ ਲੋਕੇਸ਼ਨਾਂ 'ਚ ਜਾ ਸਕਦੇ ਹੈ। ਜਿਹੜੇ ਬੰਦੇ ਮਾਰਜਨਸ 'ਤੇ ਰਹਿੰਦੇ ਆ, ਉਹ ਭਾਵੇਂ ਦਲਿਤ ਹੋਣ, ਭਾਵੇਂ ਵਰਨੈਕੂਲਰ ਬੋਲਣ ਵਾਲੇ ਹੋਣ, ਭਾਵਾਂ ਪੇਂਡੂ ਖੇਤਰਾਂ ਦੇ ਹੋਣ, ਭਾਵੇਂ ਉਹ ਗਰੀਬ ਹੋਣ, ਭਾਵੇਂ ਉਹਨਾਂ ਕਿਸੇ ਲੈਵਲ 'ਤੇ ਇਕਨੋਮਿਕਲੀ ਜਾਂ ਰਿਲੀਜੀਅਸਲੀ ਜਾਂ ਕਿਸੇ ਹੋਰ 'ਤੇ ਕਲਚਰਲੀ ਡਿਸਐਡਵਾਂਟੇਜ ਹੋਣ, ਉਹਨਾਂ ਦੀ ਕੋਈ ਹਾਈਬ੍ਰਿਡਿਟੀ ਨਹੀਂ ਹੁੰਦੀ। ਉਹਨਾਂ ਦੀ ਉਹਨਾਂ ਨੂੰ ਤਾਂ ਮਾਰਜਨਲ ਆਊਟਸਾਈਡਰ ਗਿਣਦੇ ਆ। ਸਟੂਅਰਟ ਹਲ ਕਹਿੰਦੇ ਕਿ ਦੋ ਤਰ੍ਹਾਂ ਦੀਆਂ ਪਹਿਚਾਣਾਂ ਅੱਜ ਦੇ ਜ਼ਮਾਨੇ 'ਚ ਹੁੰਦੀਆਂ, ਇੱਕ ਫਿਕਸਡ ਆਈਡੈਂਟੀਜ਼ ਹੁੰਦੀਆਂ ਅਤੇ ਇੱਕ ਫਲੂਡ ਆਈਡੈਂਟੀਜ਼ ਹੁੰਦੀਆਂ। ਫਿਕਸਡ ਆਈਡੈਂਟੀਜ਼ ਉਹ ਕਹਿੰਦਾ ਕਿ ਜਿਹੜੀਆਂ ਕੋਈ ਨੋਨ ਨੈਗੋਸ਼ੀਏਬਲ ਹੁੰਦੀਆਂ, ਜਿੱਦਾਂ ਮਤਲਬ ਕੁਛ ਰੇਸ਼ੀਅਲ ਆਈਡੈਂਟੀ ਕਿਸੇ ਦੀ ਹੋਈ ਜਾਂ ਜੀਓਗ੍ਰਾਫਿਕਲ ਨੱਕ ਦੀ ਸ਼ੇਪ ਕੈਸੀ ਹੈ, ਕੁਛ ਜਿਹੜੀਆਂ ਕੰਟੈਕਸਟ ਵਿੱਚ ਹੁੰਦੀਆਂ, ਤੁਸੀਂ ਕਿਹਦੇ ਨਾਲ ਡੀਲ ਕਰਦੇ ਹੋ, ਕਿਹਦੇ ਨਾਲ ਤੁਹਾਡਾ ਕਨਫਲਿਕਟ ਆ, ਉੱਥੇ ਫਲੂਡ ਆਈਡੈਂਟੀਜ਼ ਬਣਦੀਆਂ। ਅਤੇ ਮੈਨੂੰ ਲੱਗਦਾ ਕਿ ਜਿਹੜੇ ਮਾਰਜਨਲਾਈਜ ਲੋਕ ਨੇ, ਜਿਹੜੇ ਡਿਸਐਡਵਾਂਟੇਜ ਲੋਕ ਹੈ, ਉਹਨਾਂ ਦੀਆਂ ਫਲੂਡ ਆਈਡੈਂਟੀਜ਼ ਬਹੁਤ ਘੱਟ ਹੁੰਦੀਆਂ, ਉਹਨਾਂ ਦੀਆਂ ਬਹੁਤੀਆਂ ਫਿਕਸਡ ਆਈਡੈਂਟੀਜ਼ ਹੁੰਦੀਆਂ ਜਿਹੜੀਆਂ ਉਹਨਾਂ ਦੇ ਡਿਸਐਡਵਾਂਟੇਜ ਨੇ ਡਿਟਰਮਿਨ ਕੀਤੀਆਂ ਹੁੰਦੀਆਂ, ਜਿਹੜੀਆਂ ਉਹਨਾਂ ਦੀਆਂ ਕਮਜ਼ੋਰੀਆਂ ਨੇ, ਉਹਨਾਂ ਦੀਆਂ ਥੋੜ੍ਹਾ ਨੇ ਡਿਟਰਮਿਨ ਕੀਤੀਆਂ ਹੁੰਦੀਆਂ। ਅਤੇ ਅਨਫਾਰਚੁਨੇਟਲੀ ਜਿਹੜਾ ਸਾਡਾ ਪੋਸਟ ਕਲੋਨੀਅਲ ਥਾਟ ਹੈ, ਪੋਸਟ ਕਲੋਨੀਅਲ ਥਿੰਕਿੰਗ ਹੈ, ਪੋਸਟ ਕਲੋਨੀਅਲ ਥਿਊਰੀ ਹੈ, ਉਹਨਾਂ ਦੀ ਗੱਲ ਨਹੀਂ ਕਰਦਾ, ਖਾਸ ਕਰਕੇ ਉਹਨਾਂ ਕਾਰਨਾਂ ਦੀ ਗੱਲ ਨਹੀਂ ਕਰਦਾ ਜਿਨ੍ਹਾਂ ਕਰਕੇ ਇਹ ਡਿਸਐਡਵਾਂਟੇਜਸ ਆਉਂਦੀਆਂ ਨੇ, ਬਣਦੀਆਂ ਨੇ, ਨਾ ਬਰਾਬਰੀਆਂ ਬਣਦੀਆਂ ਨੇ। ਪੋਸਟ ਕਲੋਨੀਅਲ ਥਾਟ ਵਿੱਚ ਜਿਹੜੀ ਸਭ ਤੋਂ ਪਹਿਲੀ ਜਦੋਂ ਸਿਗਨੀਫਿਕੈਂਟ ਕਿਤਾਬ ਬਣਦੇ, ਅੰਪਾਇਰ ਰਾਈਟਸ ਬੈਕ ਕਿਤਾਬ ਸੀਗੀ 79 ਸ਼ਾਇਦ ਛਪੀ ਸੀ, ਉਹ ਕੈਨੇਡੀਅਨ ਰਾਈਟਰ ਸੀਗੇ ਬਿਲ ਐਸ਼ਕ੍ਰਾਫਟ ਹੋਣੀ, ਉਹਨਾਂ ਨੇ ਜਿਹੜੀ ਕਿਤਾਬ ਛਾਪੀ ਸੀਗੀ ਅੰਪਾਇਰ ਰਾਈਟਸ ਬੈਕ, ਉਹ ਬੜਾ ਸਿਗਨੀਫਿਕੈਂਟ ਟਾਈਟਲ ਹੈਗਾ ਕਿ ਇਹ ਜਿਹੜੀ ਰਾਈਟਿੰਗ ਹੈ, ਇਹ ਰਾਈਟਿੰਗ ਬੈਕ ਟੂ ਦਾ ਅੰਪਾਇਰ, ਤੁਸੀਂ ਆਪਦੇ ਜਿਹੜੇ ਤੁਹਾਡੇ ਰਾਜ ਕਰਨ ਵਾਲੇ ਬੰਦੇ ਸੀ ਉਹਨਾਂ ਨਾਲ ਕਨਵਰਸੇਸ਼ਨ 'ਚ ਪੈਂਦੇ ਹੋ। ਅਤੇ ਜਿਹੜੇ ਕੋਲੋਨਾਈਜ਼ਡ ਲੋਕ ਨੇ, ਜਿਹੜੇ ਬਸਤੀਵਾਦ ਦਾ ਸ਼ਿਕਾਰ ਲੋਕ ਹੈ, ਉਹ ਆਪਸ 'ਚ ਕਿਵੇਂ ਗੱਲ ਕਰਦੇ, ਇਹ ਪੋਸਟ ਕਲੋਨੀਅਲ ਥੋਟ ਦਾ ਹਿੱਸਾ ਨਹੀਂ ਹੈਗਾ। ਇਸ ਕਰਕੇ ਉਹਨਾਂ ਨੇ ਸਭ ਤੋਂ ਵੱਧ ਮਹੱਤਵਪੂਰਨ ਜਿਹੜਾ ਵਿਸ਼ਾ ਚੁਣਿਆ ਬਿਲ ਐਸ਼ਕ੍ਰਾਫਟ ਹੋਣਾ ਨੇ, ਉਹ ਸੀਗਾ ਕਿ ਭਾਸ਼ਾ ਦਾ ਮਾਮਲਾ ਸੀਗਾ। ਉਹ ਕਹਿੰਦੇ ਸੀ ਕਿ ਭਾਸ਼ਾ ਜਿਹੜੀ ਹੈ ਅੰਗਰੇਜ਼ੀ ਜਾਂ ਜਿਹੜੀ ਕਲੋਨੀਅਲ ਲੈਂਗੁਏਜ ਹੈ ਉਹਨੂੰ ਯੂਜ਼ ਕਰਕੇ ਜਿਹੜੇ ਕੋਲੋਨਾਈਜ਼ਡ ਲੋਕ ਹੈ ਦੇ ਕੈਨ ਟਾਕ ਬੈਕ ਟੂ ਦਾ ਅੰਪਾਇਰ, ਉਹ ਆਪਦੇ ਕੋਲੋਨਾਈਜ਼ਰ ਜਿਹੜੇ ਸੀਗੇ ਉਹਨਾਂ ਨਾਲ ਗੱਲਬਾਤ ਕਰ ਸਕਦੇ, ਆਪਦਾ ਪੱਖ ਪੇਸ਼ ਕਰ ਸਕਦੇ ਆ ਅੰਗਰੇਜ਼ੀ ਭਾਸ਼ਾ ਵਿੱਚ ਜਾਂ ਫਰੈਂਚ ਬੋਲ ਕੇ ਜਾਂ ਜਿਹੜੇ ਵੀ ਕੋਲੋਨਾਈਜ਼ਰ ਪੋਰਟੁਗੀਜ਼ ਹੋਵੇ। ਹੁਣ ਮੁੱਦਾ ਇਹ ਹੈਗਾ ਕਿ ਜਿਹੜੇ ਬੰਦਿਆਂ ਨੂੰ ਲਿਖਣ ਵਾਲੇ ਜਿਹੜੇ ਲੋਕ ਹੈ, ਜਿਹੜੇ ਛਾਪਣ ਵਾਲੇ ਲੋਕ ਹੈ, ਇਹ ਲਿਖਣਾ ਕੋਈ ਅੱਜ ਕੱਲ੍ਹ ਕੋਈ ਨੋਨ ਇਕਨੋਮਿਕ ਐਕਟੀਵਿਟੀ ਤਾਂ ਹੈ ਨਹੀਂ, ਇਹ ਬਹੁਤ ਇਕਨੋਮਿਕ ਐਕਟੀਵਿਟੀ ਹੈ। ਮਾਰਕੀਟਿੰਗ ਇਨਵੋਲਵਡ ਹੈ, ਪਬਲੀਕੇਸ਼ਨ ਵਿੱਚ ਪੈਸੇ ਖਰਚਣੇ ਪੈਂਦੇ ਹੈ, ਪੜ੍ਹਨ ਲਈ ਤੁਹਾਨੂੰ ਰੀਡਰ ਚਾਹੀਦੇ ਹੈ, ਰੀਡਰ ਉਸ ਨੂੰ ਪੜ੍ਹਨਗੇ ਜਿਹੜੀ ਉਹਨਾਂ ਲਈ ਕਨਵੀਨੀਅੰਟ ਹੋਵੇ। ਜੇ ਮੰਨ ਲਓ ਤੁਸੀਂ ਇੱਥੇ ਕੋਈ ਕਿਤਾਬ ਲਿਖੋ ਕਿਸੇ ਸਾਡੇ ਵਿਰੋਧੀ ਦੇਸ਼ ਦੇ ਇੰਟਰਸਟ ਦੇ ਖਿਲਾਫ ਕਿਤਾਬ ਹੋਵੇ, ਤਾਂ ਉੱਥੇ ਉਹ ਥੋੜ੍ਹਾ ਕਿਤਾਬ ਵਿਕੇਗੀ। ਤਸਲੀਮਾ ਨਸਰੀਨ ਦੀ ਲੱਜਾ ਬੰਗਲਾਦੇਸ਼ ਤਾਂ ਵਿਕੀ ਨਹੀਂ, ਉਹ ਹਿੰਦੁਸਤਾਨ 'ਚ ਵਿਕੀ ਹੈ। ਐਵੇਂ ਸਟੈਨਿਕ ਵਰਸਸ ਆ, ਕੋਈ ਮੁਸਲਿਮ ਕੰਟਰੀਜ਼ ਤਾਂ ਬੈਂਡ ਆ, ਉਹ ਹਿੰਦੁਸਤਾਨ ਵਰਗੇ ਦੇਸ਼ ਵਿੱਚ ਵਿਕਦਾ। ਸੋ ਇਸ ਕਰਕੇ ਇਹ ਕਹਿਣਾ ਕਿ ਤੁਸੀਂ ਯੂ ਕੈਨ ਰਾਈਟ ਬੈਕ ਟੂ ਦਾ ਅੰਪਾਇਰ, ਤੁਸੀਂ ਲਿਖ ਸਕਦੇ ਹੋ, ਇਹ ਬੜੀ ਬਹੁਤ ਸਿੰਪਲਿਸਟਿਕ ਗੱਲ ਹੈ, ਕਿਉਂਕਿ ਜਿੱਥੇ ਤੁਸੀਂ ਵਿਕਣਾ, ਜਿੱਥੇ ਤੁਹਾਡੀ ਕਿਤਾਬ ਪੜ੍ਹੀ ਜਾਣੀ ਹੈ,
ਉੱਥੋਂ ਦੀਆਂ ਰੀਡਰ ਐਕਸਪੈਕਟੇਸ਼ਨਸ ਆ, ਉਹਨਾਂ ਦੀਆਂ ਆਈਡੀਓਲੋਜੀਕਲ ਨੀਡਸ ਆ, ਜਿਹੜੀਆਂ ਜਿਹੜੇ ਉਹਨਾਂ ਦੇ ਅਸਥੈਟਿਕ ਡਿਮਾਂਡਸ ਹੈ, ਜਿਹੜੇ ਉੱਥੋਂ ਦੇ ਲਿਟਰੇਰੀ ਫੈਸ਼ਨਸ ਹੈ, ਜੇ ਤੁਸੀਂ ਉਹਨਾਂ ਦਾ ਧਿਆਨ ਨਾ ਰੱਖੋਗੇ ਤਾਂ ਤੁਸੀਂ ਪੜ੍ਹੇ ਨਹੀਂ ਜਾਣਾਗਾ। ਪੜ੍ਹੇ ਤੁਸੀਂ ਤਾਂ ਜਾਓਗੇ ਜੇ ਤੁਸੀਂ ਉੱਥੇ ਜਿਹੜੀ ਡਿਮਾਂਡ ਹੈ, ਜਿਹੜਾ ਇਨਵਾਇਰਮੈਂਟ ਹੈ, ਉਹਦੇ 'ਚ ਫਿੱਟ ਹੁੰਦੇ ਹੋ। ਸੋ ਇਸ ਕਰਕੇ ਇਕੱਲਾ ਲੈਂਗੁਏਜ ਦਾ ਮੁੱਦਾ ਰੱਖਣਾ ਬਹੁਤ ਸਿਗਨੀਫਿਕੈਂਟ ਨਹੀਂ ਹੈਗਾ। ਮੈਂ ਇੱਕ ਦੋ ਟੈਕਸ ਦੀ ਤੁਹਾਡੇ ਨਾਲ ਗੱਲ ਕਰ ਸਕਦਾ ਕਿ ਫਾਈਨਲ ਸਲਿਊਸ਼ਨਸ ਦਤਾਨੀ ਦਾ ਪਲੇ ਹੈਗਾ, ਜਿਹੜਾ ਕਮਿਊਨਲ ਵਾਇਲੈਂਸ 'ਤੇ ਸੀਗਾ, ਜਿਹੜਾ ਬਾਬਰੀ ਮਸਜਿਦ ਦੀ ਡੈਮੋਲੇਸ਼ਨ ਤੋਂ ਬਾਅਦ ਲਿਖਿਆ ਸੀ। ਉਹ ਅੰਗਰੇਜ਼ੀ 'ਚ ਲਿਖਿਆ ਪਲੇ ਹੈ, ਪਰ ਉਹ ਕੋਈ ਕਿਸੇ ਰੂਲਰ ਨੂੰ, ਕਿਸੇ ਅਰਲੀਅਰ ਕੋਲੋਨਾਈਜ਼ਰ ਨੂੰ ਟਾਰਗੇਟ ਕਰਨ ਲਈ ਨਹੀਂ ਲਿਖਿਆ ਗਿਆ। ਉਹ ਲਿਖਿਆ ਸੀ ਹਿੰਦੁਸਤਾਨ ਦੇ ਸੈਂਸੀਬਲ ਪੜ੍ਹੇ ਲਿਖੇ ਆਡੀਅੰਸ ਨੂੰ ਸਮਝਾਉਣ ਲਈ ਕਿ ਕਮਿਊਨਲਿਜ਼ਮ ਦੀ ਇੱਕ ਇਤਿਹਾਸ ਹੈ ਅਤੇ ਅਨਵਾਂਟਡ ਹੈ, ਭਾਈਚਾਰਾ, ਸਾਂਝ, ਅੰਡਰਸਟੈਂਡਿੰਗ ਚਾਹੀਦੀ ਹੈ। ਸੋ ਇਸ ਤਰ੍ਹਾਂ ਨਾਲ ਲੈਂਗੁਏਜ ਵਰਤ ਕੇ ਤੁਸੀਂ ਆਪਣੇ ਲੋਕਾਂ ਨਾਲ ਵੀ ਗੱਲ, ਅੰਗਰੇਜ਼ੀ 'ਚ ਤੁਸੀਂ ਹਿੰਦੁਸਤਾਨੀ ਕੰਟੈਕਸਟ ਵਿੱਚ ਇੰਗਲਿਸ਼ ਵਰਤ ਕੇ ਇਹੋ ਜਿਹਾ ਪਲੇ ਲਿਖ ਸਕਦਾ ਜਿਹੜਾ ਹਿੰਦੁਸਤਾਨੀਆਂ ਨੂੰ ਟਾਰਗੇਟ ਕਰੇ, ਹਿੰਦੁਸਤਾਨੀਆਂ ਕੋਲ ਪਹੁੰਚ ਕਰੇ, ਅਤੇ ਤੁਸੀਂ ਇਹੋ ਜਿਹੀ ਪੋਲੀਟਿਕਸ, ਇਹੋ ਜਿਹੀ ਆਈਡੀਓਲੋਜੀ ਪ੍ਰੀਚ ਕਰ ਸਕਦੇ ਹੋ ਜਿਹੜੀ ਤੁਹਾਡੀ ਨੈਸ਼ਨਲ ਆਈਡੈਂਟੀ ਨੂੰ ਇਨਕਰੇਜ ਕਰਦੀ ਹੋਵੇ। ਅਤੇ ਉਹਦੇ ਨਾਲ ਹੀ ਤੁਸੀਂ ਅਦੀਗਾ ਦੇ ਨਾਵਲ ਵਰਗਾ, ਵਾਈਟ ਟਾਈਗਰ ਵਰਗੀ ਟੈਕਸਟ ਲਿਖ ਸਕਦੇ ਹੋ ਜਿਹੜੀ ਤੁਹਾਡੀ ਨੈਸ਼ਨਲ ਆਈਡੈਂਟੀ ਨੂੰ ਡੀਜਨਰੇਟ ਡੈਨੀਗ੍ਰੇਟ ਕਰਦੀ ਹੋਵੇ, ਉਹਨੂੰ ਨੈਗੇਟਿਵਲੀ ਪੇਸ਼ ਕਰਦੀ ਹੋਵੇ। ਭਾਸ਼ਾ ਉਹ ਵੀ ਅੰਗਰੇਜ਼ੀ ਹੈ। ਸੋ ਹੁਣ ਇੱਕ ਅਲੀਟ ਆਡੀਅੰਸ ਹੋਏਗਾ, ਇੱਕ ਪੜ੍ਹੇ ਲਿਖੇ ਯੂਨੀਵਰਸਿਟੀਆਂ ਵਿੱਚ ਲੱਗਣਗੇ, ਮਿਡ ਨੈਕਸਟ ਚਿਲਡਰਨ ਵੀ ਯੂਨੀਵਰਸਿਟੀਆਂ 'ਚ ਲੱਗੇਗਾ, ਕਿਉਂਕਿ ਉੱਥੇ ਅੰਗਰੇਜ਼ੀ ਪੜ੍ਹਨ ਵਾਲੇ ਬੰਦੇ ਹੁੰਦੇ ਇੱਕ ਲੈਵਲ 'ਤੇ, ਉਹ ਆਪਦੇ ਲੋਕਾਂ ਨਾਲੋਂ ਬਹੁਤ ਹੱਦ ਤੱਕ ਟੁੱਟੇ ਹੁੰਦੇ ਨੇ, ਅਤੇ ਉੱਥੇ ਅਦੀਗਾ ਲੱਗੇਗਾ, ਉਹ ਪੜ੍ਹਾਉਣਗੇ, ਪੜ੍ਹਨ ਵਾਲੇ ਬੰਦੇ ਉਹ ਹੋਣਗੇ ਜਿਹੜੇ ਉਹੋ ਜੀ ਜਿਹੜੀ ਸਾਡੀ ਨੈਸ਼ਨਲ ਆਈਡੈਂਟੀ ਨੂੰ, ਸਾਡੇ ਨੇਸ਼ਨ ਸਟੇਟ ਨੂੰ ਸਬੋਟਾਜ ਕਰਦਾ ਜਾਂ ਕਿਸੇ ਲੈਵਲ 'ਤੇ ਰਿਡੀਕੁਲ ਕਰਦਾ। ਇਹ ਤੁਸੀਂ ਸੋਚ ਸਕਦੇ ਹੋ, ਕਹਿ ਸਕਦੇ ਹਾਂ, ਆਪਾਂ ਸਾਰੇ ਕਹਿ ਸਕਦੇ ਹਾਂ ਕਿ ਇਹ ਜਿੰਨਾ ਚਿਰ ਅਸੀਂ ਆਪਦੇ ਨੇਸ਼ਨ ਸਟੇਟ ਦੀਆਂ ਕਮਜ਼ੋਰੀਆਂ ਨੂੰ ਨਾ ਪੇਸ਼ ਕਰਾਂਗੇ, ਉਨਾ ਚਿਰ ਅਸੀਂ ਉਹ ਕਮਜ਼ੋਰੀਆਂ ਦੂਰ ਨਹੀਂ ਕਰ ਸਕਣੀਆਂ। ਪਰ ਸਮੱਸਿਆ ਇਹ ਹੈਗੀ ਕਿ ਜਿਹੜੇ ਲਿਟਰੇਚਰ ਉਹ ਛਪਦਾ, ਕਹਿਚਰਨ ਦਾ ਰਾਈ ਸਿੰਗਰ ਦਾ ਪਲੇ ਹੈਗਾ, ਨਾਵਲ ਹੈਗਾ, ਜਿਹੜਾ ਅਮਰੀਕਾ ਦੀ ਕਰਪਸ਼ਨ ਨੂੰ, ਸਕੂਲ ਕਰਪਸ਼ਨ ਨੂੰ ਸ਼ੋਅ ਕਰਦਾ, ਪਰ ਅਮਰੀਕਾ 'ਚੋਂ ਵਿਕਦਾ ਛਪਦਾ ਹੀ ਨਹੀਂ, ਹਿੰਦੁਸਤਾਨ ਵਰਗੇ ਦੇਸ਼ਾਂ 'ਚ ਲੱਗਦਾ। ਉਹ ਗੁਲਾਗ ਆਰਕੀਪੈਲਾਗੋ ਸੀਗਾ ਕਿਸੇ ਜ਼ਮਾਨੇ ਵਿੱਚ, ਬਹੁਤ ਅਲੈਗਜ਼ੈਂਡਰ ਸੋਲਜ਼ਨੀਸਨ ਰਿਪੋਰਟ ਕੋਲਡ ਵਾਰ ਵੇਲੇ ਬੜਾ ਲਿਖਦੇ ਪੜ੍ਹਦੇ ਸੀ, ਛਪਦੇ ਆ, ਕਿਹਦੇ ਨਾਲ ਕੌਣ ਨਾ ਲੈਂਦਾ ਉਹਦਾ। ਸੋ ਇਹ ਜਿਹੜਾ ਛਿਪਣਾ ਕਰਨਾ ਹੈਗਾ ਜਾਂ ਵੇਚਣਾ ਜਾਂ ਪ੍ਰੋਪੀਗੇਟ ਕਰਨਾ, ਇਹ ਬੜੀ ਨਿਊਟਰਲ ਜੀ ਅਸਥੈਟਿਕਸ 'ਤੇ, ਐਕਟੀਵਿਟੀ 'ਤੇ, ਅਸਥੈਟਿਕ ਵੈਲਿਊਜ਼ 'ਤੇ ਆਧਾਰਿਤ ਨਹੀਂ ਹੁੰਦੇ। ਸੋ ਇਹ ਲਿਟਰੇਚਰ ਜਿਹੜਾ ਵਿਕਦਾ ਕਰਦਾ ਹੈਗਾ, ਜਿਹੜਾ ਲਿਖਿਆ ਜਾਂਦਾ ਜਿਹਦੀ ਬਾਬਤ, ਉਹਦੇ ਵਿੱਚ ਮੈਨੂੰ ਲੱਗਦਾ ਇਹ ਅਸੀਂ ਜਿਹੜਾ ਪੋਸਟ ਕੋਲੋਨੀਅਲ ਥੀਰੀ ਹੈਗੀ ਹੈ, ਇਹ ਪੋਲੀਟੀਕਲੀ ਬਲਾਈਂਡ ਥੀਰੀ ਹੈ, ਇਗਨੋਰ ਕਰਦੀ ਹੈ ਉਹ ਪੋਲੀਟਿਕਸ ਨੂੰ, ਅਤੇ ਇਹ ਬੇਸਿਕਲੀ ਇਹਦੀ ਕਨਾਈਵੈਂਸ ਹੈਗੀ ਹੈ ਜਿਹੜੀਆਂ ਡੋਮੀਨੈਂਟ ਹੈਜਮੋਨਿਕ ਸਟਰਕਚਰਸ ਨਾਲ, ਅਤੇ ਖਾਸ ਕਰਕੇ ਪਬਲੀਕੇਸ਼ਨ ਇੰਡਸਟਰੀ ਨਾਲ। ਜਿਹੋ ਜਿਹੀਆਂ ਗੱਲਾਂ ਲਿਖੀਆਂ ਕਰੀਆਂ ਜਾਂਦੀਆਂ ਨੇ, ਜਿਹੜੀਆਂ ਗੱਲਾਂ ਚੇਤਨ ਭਗਤ ਜਿਹੋ ਜਿਹਾ ਲਿਖਦਾ, ਜਿਹੋ ਜਿਹੀ ਉਹ ਆਡੀਅੰਸ ਉਹਦੀ ਹੋਊਗੀ, ਉਹ ਗੁਰਦਿਆਲ ਸਿੰਘ ਦਾ ਨਾਵਲ ਹੋਏਗਾ, ਤੁਸੀਂ ਆਹਣ ਪੜ੍ਹੋਗੇ। ਮੈਂ ਆਹਣ ਪੜ੍ਹਦੇ ਸਮੇਂ ਜਦੋਂ ਮੈਂ ਦੇਖਿਆ ਸੀਗਾ ਕਿ ਉਹ ਹੈ ਤਾਂ ਹੋ ਜਾਵੇ, ਉਹ ਪਹਿਲਾਂ ਦਾ ਨਾਵਲ, ਪਰ ਜਿਸ ਜ਼ਮਾਨੇ 'ਚ ਮਾਨਸਾ ਜ਼ਿਲ੍ਹੇ ਵਿੱਚ ਕੁਛ ਦਲਿਤ ਪਰਿਵਾਰ ਜ਼ਮੀਨ ਦੇ ਹੱਕਾਂ ਦੀ ਲੜਾਈ ਲੜ ਰਹੇ ਸੀਗੇ, ਉਸ ਜ਼ਮਾਨੇ 'ਚੋਂ ਛਪਿਆ, ਆਈ ਕੁਡ ਕਨੈਕਟ ਦੈਟ, ਕਿ ਮੈਨੂੰ ਇਹ ਲੱਗਿਆ ਸੀ ਉੱਦਾਂ ਹੈਗਾ। ਸੋ ਇਸ ਕਰਕੇ ਤੁਸੀਂ ਉਹ ਜਿਹੜਾ ਆਜ਼ਾਦੀ ਤੋਂ ਪਹਿਲਾਂ ਦਾ ਨਾਵਲ ਹੈਗਾ, ਉਹਨੂੰ ਤੁਸੀਂ ਗੁਰਦਿਆਲ ਸਿੰਘ ਨੂੰ ਸ਼ਾਇਦ ਜਿਹੜੀ ਇੰਡੀਪੈਂਡੈਂਟ ਨੇਸ਼ਨ ਸਟੇਟ ਹੈ, ਪੋਸਟ ਕੋਲੋਨੀਅਲ ਹਿੰਦੁਸਤਾਨ ਹੈ, ਉਹਦੇ ਨਾਲ ਜੋੜ ਕੇ ਦੇਖ ਸਕਦੇ ਹੋ। ਇਸ ਤਰ੍ਹਾਂ ਅੰਨੇ ਘੋੜੇ ਦੇ ਦਾਨ ਨਾਲ ਦੇਖ ਸਕਦੇ ਹੋ, ਜਾਂ
ਵਰਿਆਮ ਸੰਧੂ ਦੀਆਂ ਕਹਾਣੀਆਂ ਨੇ, ਜਿੱਦਾਂ ਮੈਂ ਹੁਣ ਠੀਕ ਠਾਕ ਹਾਂ, 84 ਤੋਂ ਬਾਅਦ ਦੇ ਦੰਗਿਆਂ ਦੀ ਕਹਾਣੀ ਹੈ। ਤੁਸੀਂ ਉਸ ਵਿੱਚ ਜਿਹੜੀ ਵਾਇਲੈਂਸ ਹੈ, ਜਿਹੜਾ ਫੀਅਰ ਹੈ, ਜਿਹੜੀ ਹਿਊਮਨ ਡਿਗਨਿਟੀ ਦੀ ਲਾਸ ਹੈ, ਜਿਸ ਤਰ੍ਹਾਂ ਨਾਲ ਬੰਦੇ ਡੀਹਿਊਮਨਾਈਜ਼ ਹੁੰਦੇ, ਜਿਸ ਤਰ੍ਹਾਂ ਫੀਅਰ ਇੱਕ ਬਹੁਤ ਤਕੜੇ ਬੰਦੇ ਨੂੰ ਇੱਕ ਲੈਵਲ 'ਤੇ ਬਿਲਕੁਲ ਹੀ ਨਿਪੁੰਸਕ ਕਰ ਦਿੰਦਾ ਹੈ, ਉਸ ਦੀ ਗੱਲ ਕਰਨ ਵਾਲੇ ਇੱਕ ਟੈਕਸਟ ਦੇ ਤੌਰ 'ਤੇ ਦੇਖ ਸਕਦੇ ਹੋ, ਜਿਹੜਾ ਇੱਕ ਨੇਸ਼ਨ ਸਟੇਟ ਨੂੰ ਉਹਦੀ ਵਾਇਲੈਂਸ ਨੂੰ, ਉਹਦੀ ਲੈਕ ਆਫ ਐਡਮਿਨਿਸਟ੍ਰੇਸ਼ਨ ਨੂੰ ਜਾਂ ਉਹਦੀ ਬੈਡ ਪੋਲਿਸੀਜ਼ ਨੂੰ ਕਿਵੇਂ ਡਰਾਮੇਟਾਈਜ਼ ਕਰਦਾ, ਤੁਸੀਂ ਉਸ ਨੂੰ ਦੇਖ ਸਕਦੇ ਹੋ। ਪਰ ਉਹਦੀ ਆਡੀਅੰਸ ਜਿਹੜੀ ਹੋਊਗੀ ਉਹ ਸਾਡੀ ਆਡੀਅੰਸ ਹੋਊ, ਜਿਨ੍ਹਾਂ ਨੂੰ ਅਫੈਕਟ ਕਰਨਾ ਚਾਹੁੰਦਾ। ਸੋ ਮੈਨੂੰ ਇਹ ਲੱਗਦਾ ਕਿ ਪੋਸਟ ਕਲੋਨੀਅਲ ਥੀਰੀ ਜਿਹੜੇ ਬੰਦਿਆਂ ਨੇ ਪੜ੍ਹਨੀ ਕਰਨੀ ਹੈ, ਉਹਨਾਂ ਲਈ ਪੜ੍ਹਨੀ ਹੈ ਬਹੁਤ ਜ਼ਰੂਰੀ, ਕਿਉਂਕਿ ਬਹੁਤ ਸਾਰੇ ਜਿਹੜੇ ਥੋਟ ਸਟਰਕਚਰਸ ਨੇ ਉਹ ਸਮਿਆਂ ਨਾਲ ਬਦਲਦੇ ਰਹਿੰਦੇ ਆ, ਅਤੇ ਜਿਹੜੇ ਜਿੰਨੇ ਥਿੰਕਰਸ ਹੁੰਦੇ ਆ, ਭਾਵੇਂ ਦਰਰਿਦਾ ਹੋਵੇ, ਸਸੂਰ ਹੋਵੇ, ਫੂਕੋ ਹੋਵੇ, ਕੋਈ ਵੀ ਜਿਹੜੇ ਹੈਗੇ ਨੇ, ਇਹ ਗਿਵਨ ਸਰਕਮਸਟਾਂਸਿਸ ਨੂੰ, ਗਿਵਨ ਹਾਲਾਤਾਂ ਨੂੰ ਰਿਸਪੋਂਡ ਕਰਦੇ ਆ। ਇੱਕ ਲੈਵਲ 'ਤੇ ਰੈਵੋਲਿਊਸ਼ਨਰੀ ਥਿੰਕਰ ਹੁੰਦੇ ਆ, ਅਤੇ ਜਿਹੜੇ ਸਾਡੇ ਅੱਜ ਦੀ ਘੜੀ ਜਿਹੜਾ ਪੋਸਟ ਕਲੋਨੀਅਲ ਰਾਈਟਿੰਗ ਹੈਗੀ ਹੈ, ਲਿਟਰੇਰੀ ਰਾਈਟਿੰਗ ਵੀ ਅਤੇ ਕ੍ਰਿਟੀਕਲ ਰਾਈਟਿੰਗ ਵੀ, ਉਹ ਵੀ ਆਪਦੀਆਂ ਹਾਲਤਾਂ ਨੂੰ ਰਿਸਪੋਂਡ ਕਰਦੀ ਹੈ। ਜਿਹੜੇ ਥਿੰਕਰਸ ਨੇ ਉਹ ਰਿਸਪੋਂਡ ਕਰਦੇ ਨੇ ਵੈਸਟਰਨ ਅਕੈਡਮੀ 'ਚ ਆਪਦੀ ਸਪੇਸ ਨੂੰ, ਅਤੇ ਜਿਹੜੇ ਪੋਸਟ ਕਲੋਨੀਅਲ ਰਾਈਟਰਸ ਨੇ, ਇੰਡੀਅਨ ਰਾਈਟਰਸ ਨੇ, ਉਹ ਰਿਸਪੋਂਡ ਕਰਦੇ ਨੇ ਆਪਦੇ ਵੈਸਟਰਨ ਅਤੇ ਇੰਡੀਅਨ ਅਲੀਟ ਆਡੀਅੰਸ ਨੂੰ। ਹਿੰਦੁਸਤਾਨ ਵਿੱਚ ਜਿਹਨੇ ਆਮ ਬੰਦਿਆਂ ਨੂੰ ਲਿਖਣਾ ਹੋਵੇ, ਆਮ ਬੰਦਿਆਂ ਲਈ ਲਿਖਣਾ ਹੋਵੇ, ਵਰਨੈਕੂਲਰ ਵਿੱਚ ਲਿਖਦਾ, ਅਤੇ ਜਿਹੜੇ ਬੰਦੇ ਨੇ ਮਾਰਕੀਟ ਲਿਖਣੀ ਹੋ ਲਈ ਲਿਖਣਾ ਹੋਵੇ ਅਤੇ ਮਾਰਕੀਟ ਦਾ ਧਿਆਨ ਰੱਖਣਾ ਹੋਵੇ, ਪੈਸੇ ਕਮਾਉਣੇ ਹੋਣ, ਇਨਾਮ ਜਿੱਤਣੇ ਹੋਣ, ਜੇ ਗੀਤਾਂਜਲੀ ਨਾ ਇੰਗਲਿਸ਼ ਟ੍ਰਾਂਸਲੇਟ ਹੁੰਦੀ ਤਾਂ ਉਹਨੂੰ ਨੋਬਲ ਪ੍ਰਾਈਜ਼ ਨਹੀਂ ਸੀ ਮਿਲਣਾ। ਸੋ ਬਹੁਤ ਸਾਰੇ ਮੈਂ ਕਿਉਂਕਿ ਟ੍ਰਾਂਸਲੇਸ਼ਨ ਦਾ ਪੰਜਾਬੀ 'ਚੋਂ ਇੰਗਲਿਸ਼ ਕੰਮ ਕੀਤਾ, ਅਤੇ ਮੈਨੂੰ ਇਹ ਲੱਗਦਾ ਕਿ ਬਹੁਤ ਸਾਰੇ ਬੰਦਿਆਂ ਨੂੰ ਇਹ ਲੱਗਦਾ ਹੁੰਦਾ ਕਿ ਜਿੰਨਾ ਚਿਰ ਅਸੀਂ ਕਿਸੇ ਕਲੋਨੀਅਲ ਲੈਂਗੁਏਜ ਵਿੱਚ, ਕਿਸੇ ਵਰਲਡ ਲੈਂਗੁਏਜ ਵਿੱਚ ਟ੍ਰਾਂਸਲੇਟ ਨਹੀਂ ਹੁੰਦੇ, ਸਾਡੀ ਉਹ ਅਕਸੈਪਟੇਬਿਲਿਟੀ, ਸਾਡੀ ਉਹ ਓਨਰ, ਸਾਡਾ ਰੈਪੂਟੇਸ਼ਨ ਬਣਦਾ ਨਹੀਂ ਜਿਹੜਾ ਸਾਡਾ ਅਦਰਵਾਈਜ਼ ਬਣਨਾ। ਅਤੇ ਮੈਨੂੰ ਇਹ ਪਤਾ ਹੈ ਕਿ ਟ੍ਰਾਂਸਲੇਸ਼ਨ ਵਿੱਚ ਬਹੁਤ ਕੁਛ ਲੂਜ਼ ਹੋ ਜਾਂਦਾ, ਟ੍ਰਾਂਸਲੇਸ਼ਨ ਤਾਂ ਸਕੈਲਟਨ ਹੀ ਹੁੰਦੀ ਹੈ, ਟੈਕਸਟ ਜਿਹੜੀ ਓਰੀਜਨਲ ਟੈਕਸਟ ਹੁੰਦੀ ਹੈ ਉਹ ਬਾਡੀ ਹੁੰਦੀ ਹੈ, ਅਤੇ ਬਹੁਤ ਜੇ ਤੁਸੀਂ ਟ੍ਰਾਂਸਲੇਟਰ ਬਹੁਤ ਕ੍ਰੀਏਟਿਵ ਟ੍ਰਾਂਸਲੇਟਰ ਹੋ ਫਿਰ ਤਾਂ ਕਹਿਣਾ ਕੀ ਹੈ, ਨਹੀਂ ਤੁਸੀਂ ਉਹਦੇ ਜਿਹੜੇ ਇਮੋਟਿਵ ਆਸਪੈਕਟਸ ਆ, ਬਹੁਤ ਸਾਰੀ ਜਿਹੜੀ ਉਹ ਅਸਥੈਟਿਕਸ ਵੀ ਆ ਉਹ ਗੁਆਚ ਜਾਂਦੀ ਹੈ, ਪਰ ਫਿਰ ਵੀ ਬਹੁਤ ਸਾਰੇ ਜਿਹੜੇ ਵਰਨੈਕੂਲਰ ਦੇ ਲੇਖਕ ਨੇ ਉਹ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਹੋਣਾ ਚਾਹੁੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਨਾਮ ਇਹਦੇ ਵਿੱਚ ਹੈ, ਰੈਪੂਟੇਸ਼ਨ ਇਹਦੇ ਵਿੱਚ ਹੈ, ਰਿਕਗਨੀਸ਼ਨ ਇਹਦੇ ਵਿੱਚ ਹੈ। ਇਹ ਜਿਹੜੇ ਮੁੱਦੇ ਨੇ ਜੁੜੇ ਅਸਥੈਟਿਕਸ ਵਾਲਾਂ ਨਾਲ ਨਹੀਂ ਜੁੜੇ, ਇਹ ਨਹੀਂ ਕਿ ਅੰਗਰੇਜ਼ੀ ਦਾ ਸਾਹਿਤ ਚੰਗਾ ਹੁੰਦਾ। ਪ੍ਰੋਫੈਸਰ ਜੋਗਾ ਸਿੰਘ ਹੋਣੀ ਅਕਸਰ ਗੱਲ ਕਰਦੇ ਨੇ ਕਿ ਪੰਜਾਬੀ ਉਨੀ ਰਿਚ ਲੈਂਗੁਏਜ ਆ, ਉਨੀ ਫਰਟਾਈਲ ਲੈਂਗੁਏਜ ਆ, ਉਨੀ ਯੂਜ਼ਫੁਲ ਲੈਂਗੁਏਜ ਆ ਜਿੰਨੀ ਕੋਈ ਵੀ ਹੋਰ ਹੋ ਸਕਦੀ ਹੈ, ਜੌਨ ਲਾਇਨ ਹੋਣਾ ਤੋਂ ਬਾਅਦ ਕਿ ਸਾਰੀਆਂ ਭਾਸ਼ਾਵਾਂ ਚੰਗੀਆਂ ਹੁੰਦੀਆਂ, ਇੱਕੋ ਜਿਹੀਆਂ ਚੰਗੀਆਂ ਹੁੰਦੀਆਂ, ਇੱਕੋ ਜਿਹੀਆਂ ਯੂਜ਼ਫੁਲ ਹੁੰਦੀਆਂ, ਇਹ ਠੀਕ ਹੈ ਗੱਲ। ਭਾਸ਼ਾ ਜੇ ਭਾਸ਼ਾ ਸਰਕਾਰੀ ਦਰਬਾਰੇ ਦੀ ਭਾਸ਼ਾ ਹੋ ਜਾਵੇ ਤਾਂ ਕੋਈ ਭਾਸ਼ਾ ਇੱਕੋ ਜਿਹੀ ਪ੍ਰਫੁੱਲਿਤ ਹੋ ਸਕਦੀ ਹੈ, ਜਿਹੜੀ ਭਾਸ਼ਾ ਸਰਕਾਰੀ ਦਰਬਾਰੇ ਦੀ ਭਾਸ਼ਾ ਨਹੀਂ ਹੁੰਦੀ ਉਹ ਡੀਜਨਰੇਟ ਹੋ ਜਾਂਦੀ ਹੈ, ਨਿਗਲੈਕਟ ਹੋ ਜਾਂਦੀ, ਜਿਵੇਂ ਸਾਡੇ ਪਿਛਲੇ 60 ਸਾਲਾਂ 'ਚ ਉਰਦੂ ਨਾਲ ਹੋਇਆ, ਅਤੇ ਇੰਗਲਿਸ਼ 1700 ਤੋਂ ਬਾਅਦ, 1800 ਤੋਂ ਬਾਅਦ ਪ੍ਰਮੋਟ ਹੋਣ ਲੱਗ ਗਈ, ਅਤੇ ਉਹ ਇਹਦਾ ਇਸ ਗੱਲ ਚੰਗੀ ਮਾੜੀ ਭਾਸ਼ਾ ਦਾ ਬਿਲਕੁਲ ਕੋਈ ਸੰਬੰਧ ਨਹੀਂ ਸੀ, ਕਿਹੜੇ ਬੰਦਿਆਂ ਦੀ ਸਰਕਾਰੀ ਦਰਬਾਰੇ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ ਉਹੀ ਚੱਲਦੀਆਂ ਨੇ। ਸੋ ਪੋਸਟ ਕਲੋਨੈਲਿਟੀ ਦਾ ਨੂੰ ਦੇਖਣਾ ਤਾਂ ਜਿਹੜਾ ਜੀਓ ਗਲੋਬਲ ਆਰਥਿਕ ਰਾਜਨੀਤਿਕ ਪ੍ਰਬੰਧ ਹੈ ਉਹਦੇ ਕੰਟੈਕਸਟ ਦੇ ਵਿੱਚ ਹੀ ਦੇਖਣਾ ਪੈਂਦਾ, ਅਤੇ ਜਿਹੜਾ ਸਾਹਿਤ ਅਤੇ ਸੱਭਿਆਚਾਰ ਹੈ ਇਹਦੀ ਇੱਕ ਹਰਾਰਕੀ ਹੁੰਦੀ ਹੈ।
ਪੋਸਟ ਕਲੋਨਲ ਥਿੰਕਿੰਗ ਵਿੱਚ, ਪੋਸਟ ਕਲੋਨਲ ਰਾਈਟਿੰਗ ਵਿੱਚ, ਪੋਸਟ ਕਲੋਨਲ ਥਿਊਰੀ ਵਿੱਚ ਉਹ ਹਾਇਰਾਰਕੀ ਹੈ ਜਿਹੜੀ ਵੈਸਟਰਨ ਡੋਮੀਨੈਂਟ ਹਾਇਰਾਰਕੀ ਹੈ, ਅਤੇ ਉਹ ਜਿਵੇਂ ਪ੍ਰੋਫੈਸਰ ਜਸਵਿੰਦਰ ਹੋਣਾ ਨੇ ਕਿਹਾ ਸੀਗਾ ਕਿ ਬਹੁਤੇ ਬੰਦੇ ਐਂ ਲੱਗਦਾ ਕਿ ਸਾਨੂੰ ਆਉਂਦਾ ਆਉਂਦਾ ਤਾਂ ਹੁੰਦਾ ਹੀ ਹੈ, ਜਿਹੜਾ ਸਰਦਾਰੇ ਸਰਕਾਰੇ ਦਰਬਾਰੇ ਜਾ ਕੇ ਉੱਥੋਂ ਸਤਿ ਸ਼੍ਰੀ ਅਕਾਲ ਬੁਲਾ ਕੇ ਆਉਂਦਾ, ਉਹ ਆਮ ਬੰਦਿਆਂ ਨੂੰ ਤਾਂ ਥੋੜ੍ਹਾ ਨੀਵਾਂ ਦੇਖੂਗਾ, ਇਸ ਕਰਕੇ ਹੁੰਦਾ। ਪਰ ਸੁਪੀਰੀਅਰਿਟੀ ਉਹਦੇ 'ਚ ਕੋਈ ਰੌਲਾ ਨਹੀਂ, ਮੈਨੂੰ ਲੱਗਦਾ ਬੈਸਟ ਲਿਟਰੇਚਰ ਜਿਹੜਾ ਹੁੰਦਾ ਜਿਹੜਾ ਬੰਦਾ ਇੰਜੋਏ ਕਰਦਾ, ਕਵਿਤਾ ਜਿਹੜੀ ਸਭ ਤੋਂ ਚੰਗੀ ਇੰਜੋਏ ਕਰਦਾ, ਉਹਦੀ ਮਾਤ ਭਾਸ਼ਾ ਦੀ ਹੁੰਦੀ ਹੈ, ਕਿਉਂਕਿ ਜਿਹੜੀਆਂ ਇਮੋਟਿਵ ਅਸਥੈਟਿਕ ਕਲਚਰਲ ਕੋਡਸ ਨੇ ਜਿਹੜੇ ਜਿਹਨੂੰ ਤੁਸੀਂ ਸਿੰਬੋਲਿਕਲੀ ਰਿਸਪੋਂਡ ਕਰਦੇ ਹੋ, ਉਹ ਤੁਹਾਡੇ ਸਾਰੇ ਟੋਟਲ ਐਕਸਪੀਰੀਅੰਸ ਨਾਲ ਜੁੜੇ ਹੁੰਦੇ, ਇਕੱਲੇ ਕੋਗਨੇਟਿਵ ਐਕਸਪੀਰੀਅੰਸ ਨਾਲ ਨਹੀਂ ਜੁੜੇ ਹੁੰਦੇ ਜਿਹੜਾ ਤੁਸੀਂ ਕਿਤਾਬਾਂ 'ਚ ਪੜ੍ਹਦੇ ਪੁੜਦੇ ਹੋ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਪੋਸਟ ਕਲੋਨੀਅਲ ਜਿਹੜੀ ਥਾਟ ਹੈ, ਪੋਸਟ ਕਲੋਨੀਅਲ ਰਾਈਟਿੰਗ ਹੈ ਜਿਹੜੀ, ਉਹਨੂੰ ਉਹਦੇ ਬਰਾਡਰ ਕਲਚਰਲ ਪੋਲੀਟੀਕਲ ਅਤੇ ਇਕਨੋਮਿਕ ਕੰਟੈਕਸਟ ਵਿੱਚ ਦੇਖੇ ਤੋਂ ਬਿਨਾਂ ਉਹਨੂੰ ਇਕੱਲਾ ਲਿਟਰੇਚਰ ਜਾਂ ਇਕੱਲੀ ਥੀਰੀ ਸਮਝਣਾ ਉਚਿਤ ਨਹੀਂ ਹੈਗਾ। ਇਹ ਗੱਲ ਬਾਕੀ ਸਾਰੇ ਬੰਦਿਆਂ 'ਤੇ ਵੀ ਲੱਗਦੀ, ਬਾਕੀ ਸਾਰੇ ਡਿਸਪਲਿਨਸ 'ਤੇ ਵੀ ਲੱਗਦੀ। ਅਤੇ ਹੁਣ ਸੁਚੇਤ ਹਿੰਦੁਸਤਾਨ ਵਿੱਚ ਇੰਟਲੈਕਚੁਅਲ ਕੈਪੇਬਿਲਿਟੀ ਇੰਨੀ ਹੈ, ਇੱਥੇ ਬਹੁਤ ਯੋਗ ਸੁਚੇਤ ਬੰਦੇ ਹੈਗੇ ਨੇ, ਬੰਦੇ ਕੰਮ ਕਰਦੇ, ਹਿੰਦੁਸਤਾਨ ਵਿੱਚ ਵੀ ਲੋਕ ਕੰਮ ਕਰਦੇ ਆ। ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਦਾ ਵੀ ਪੜ੍ਹੀ ਪੜ੍ਹਾਈ ਹੁੰਦੀ ਆ, ਲੋਕ ਸੁਣੀਆਂ ਹੁੰਦੀਆਂ, ਦੇਖੀਆਂ ਹੁੰਦੀਆਂ ਲੋਕਾਂ ਦੀਆਂ ਗੱਲਾਂ। ਸੋ ਓਪਨ ਮਾਈਂਡ ਰੱਖ ਕੇ ਜਿੰਨਾ ਚਿਰ ਅਸੀਂ ਆਪਦੇ ਸੰਦਰਭਾਂ ਨੂੰ, ਆਪਦੀਆਂ ਜ਼ਰੂਰਤਾਂ ਨੂੰ, ਆਪਦੇ ਪਾਸਟ ਨੂੰ, ਆਪਦੇ ਭਵਿੱਖ ਨੂੰ ਨਹੀਂ ਦੇਖਦੇ, ਉਹਨਾਂ ਦੇ ਕੰਟੈਕਸਟ ਵਿੱਚ ਅਸੀਂ ਸਾਹਿਤ ਤੋਂ ਕੀ ਕਰਨਾ ਚਾਹੁੰਦੇ ਹਾਂ, ਸਾਹਿਤ ਨੂੰ ਕਿਵੇਂ ਵਰਤਣਾ ਚਾਹੁੰਦੇ ਹਾਂ, ਥੀਰੀ ਨੂੰ ਕਿਸ ਕੰਮ ਕਰਨ ਲਾਉਣਾ ਚਾਹੁੰਦੇ ਹਾਂ, ਜਿੰਨਾ ਚਿਰ ਆਪਦੀਆਂ ਉਹ ਕਮਿਟਮੈਂਟਸ ਨਹੀਂ ਦੇਖਦੇ, ਆਪਦੀਆਂ ਇੰਟੈਂਸ਼ਨ ਨਹੀਂ ਦੇਖਦੇ, ਉਹਨਾਂ 'ਚ ਸਾਡੀ ਇਵੈਲੂਏਸ਼ਨ ਨਹੀਂ ਹੋ ਸਕਦੀ। ਮੈਨੂੰ ਜਿੰਨਾ ਸਮਾਂ ਅੱਧਾ ਘੰਟਾ ਮੈਂ ਲੈਣਾ ਸੀ ਲੈ ਲਿਆ, ਉਹ ਬਹੁਤ ਬਹੁਤ ਧੰਨਵਾਦ ਤੁਹਾਡਾ, ਮੈਨੂੰ ਤੁਸੀਂ ਬੜੀ ਪੇਸ਼ੈਂਸ ਨਾਲ ਸੁਣਿਆ, ਥੈਂਕ ਯੂ ਵੈਰੀ ਮੱਚ।